أعوذ بالله من الشيطان الرجيم. بسم الله الرحمن الرحيم. يا رب پیچھے جڑا گن مین کھڑا ہے نا اونوں تھوڑا جا ادھر کر دے چھڑ دے. قل بڑا دھیان نہیں آ رہا. فاتبعوني ਮੈਦਾਨ ਸੁਣਦਾ ਹੀ ਨਹੀਂ ਵੀ ਹੁਣ ਮੈਂ ਕਿਹਾ فاتبعوني مجمے چ ایک بڑی وکری کی گل کی
ਉਹ ਬੰਦਾ ਜਿਹੜਾ ਮਦੀਨੇ 'ਚ ਵੜਿਆ ਹੀ ਨਹੀਂ, ਉਹਨੇ ਕਿਸੇ ਨੂੰ ਦੇਖਿਆ ਹੀ ਨਹੀਂ, ਨਾ ਉਹਨੂੰ ਦੇਖਿਆ ਹੋਰ ਨੇ, ਨਾ ਕਿਸੇ ਸਿਆਹੀ ਨੇ ਦੇਖਿਆ। ਅਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਫਰਮਾ ਰਹੇ ਨੇ ਆਪ ਫਰਮਾ ਰਹੇ ਨੇ ਸਿਆਬਾ ਮੇਰਾ ਇੱਕ ਆਸ਼ਿਕ ਹੈ ਜਿਹੜਾ ਮੁਲਕ ਯਮਨ ਵਿੱਚ ਰਹਿੰਦਾ, ਉਹਦਾ ਨਾਂ ਅਵੈਸੇ ਕਰਨੀ ਹੈ। ਆਪਣੇ ਹਜ਼ਰਤ ਉਮਰ ਔਰ ਹਜ਼ਰਤ ਅਲੀ ਦੋਵਾਂ ਨੂੰ ਫਰਮਾਇਆ ਕਿ ਤੁਸੀਂ ਮੇਰੇ ਤੋਂ ਬਾਅਦ ਜਾਓਗੇ ਔਰ ਜ਼ਰੂਰ ਜਾਇਓ, ਉਹਨੂੰ ਮਿਲਿਓ, ਮੇਰਾ ਸਲਾਮ ਆਖਿਓ ਅਤੇ ਉਹਨੂੰ ਆਖਿਓ ਕਿ ਮੇਰਾ ਪੈਗਾਮ ਹੈ, ਮੇਰੀ ਉਮਰ ਦੀ ਬਖਸ਼ਿਸ਼ ਦੀ ਦੁਆ ਵੀ ਕਰ ਸਕਦਾ। ਇਹ ਜਿਹੜਾ ਇਸ਼ਾਰਾ ਸਰਕਾਰ ਨੇ ਫਰਮਾਇਆ ਨਾ, ਵਿਲਾਇਤ ਦੀ ਤਰਫ ਇਸ਼ਾਰਾ ਫਰਮਾਇਆ ਅਤੇ ਹਜ਼ੂਰ ਨੇ ਵਿਲਾਇਤ ਦਾ ਬੂਹਾ ਦੱਸਿਆ, ਠੀਕ ਹੈ ਨਾ, ਸਰਕਾਰ ਨੇ ਹੀ ਵਿਲਾਇਤ ਦਾ ਬੂਹਾ ਦੱਸਿਆ, ਬੂਹਾ ਵਿਲਾਇਤ ਦਾ ਦੱਸਿਆ ਹੈ। ਅਤੇ ਆਪਣੀ ਵੀ ਸੁਨਤ ਬਣਾ ਦਿੱਤੀ ਵਿਲਾਇਤ ਦੇ ਬੂਹੇ 'ਤੇ ਜਾਣ ਦੀ, ਅਤੇ ਕਿਬਾਰ ਸਿਹਾਬਾ ਹਜ਼ਰਤ ਉਮਰ ਦੀ ਵੀ ਸੁਨਤ ਬਣਾ ਦਿੱਤੀ ਅਤੇ ਹਜ਼ਰਤ ਅਲੀ ਦੀ ਵੀ ਸੁਨਤ ਬਣਾ ਦਿੱਤੀ ਅਤੇ ਕੰਬਲੀ ਵਾਲੇ ਨੇ ਆਪਣੀ ਸੁਨਤ ਵੀ ਬਣਾ ਦਿੱਤੀ। ਅਤੇ ਮਰਤਬਾ ਉਹਦਾ ਇਹ ਸੀ ਕਿ ਜਿਹੜੇ ਗਏ ਸਦਾ ਇਹਨਾਂ ਦੀ ਜੁੱਤੀ ਮੁਬਾਰਕ ਨਾਲ ਜਿਹੜੀ ਮੱਟੀ ਲੱਗੀ ਸੀ ਨਾ, ਉਹਦੇ ਬਰਾਬਰ ਵੀ ਉਹਦਾ ਮਰਤਬਾ ਨਹੀਂ ਸੀ। ਲੇਕਿਨ ਮਕਸਦ ਇਹ ਹੈ ਕਿ ਨਾ ਉਹ ਨਬੀ, ਨਾ ਉਹ ਸਿਹਾਬੀ, ਨਾ ਉਹ ਤਾਬੀ, ਕੀ ਸੀ ਉਹ ਮੁਕਾਮੇ ਵਿਦਾਇਤ ਸੀ ਉਹਦੇ ਕੋਲ ਕਿ ਜ਼ਬਾਨੀ ਹਜ਼ੂਰ ਦੇ ਨਾਲ ਇਸ਼ ਕੀਤਾ, ਅੱਲਾਹ ਨੇ ਬਰਾਇਤ ਅਤਾ ਫਰਮਾ ਦਿੱਤੀ। ਵਲੀ ਦੇ ਕੋਲ ਜਾਣਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਵੀ ਸੁਨਤ ਹੈ, ਸਿਹਾਬਾ ਦੀ ਵੀ ਸੁਨਤ, ਸਮਝ ਆਈ? ਤਾਂ ਸਭ ਚੇਤਾ ਰਹੇਗਾ ਨਾ ਕਿ ਬੂਹਾ ਵਿਲਾਇਤ ਦਾ ਬਲੀ ਦਾ ਕਿਹਨੇ ਦੱਸਿਆ, ਹਜ਼ੂਰ ਨੇ ਤਾਂ ਦੱਸਿਆ ਵੀ ਜਾ ਕੇ ਇਸ ਸੁਨਤ ਬਣਾ ਕੇ ਦੱਸਿਆ। ਅੱਗੇ ਇੱਕ ਮੌਲਾਨਾ ਸਾਹਿਬ ਅੱਗੇ ਫਰਮਾ ਰਹੇ ਸਨ, ਗੱਲ ਉਹਨਾਂ ਨੇ ਕੀਤੀ ਹਕੀਕਤ ਇਮਾਨ ਦੇ, ਹੀ ਵਾਜ਼ ਸਪੀਕਿੰਗ ਇਨ ਇੰਗਲਿਸ਼ ਐਂਡ ਹੀ ਵਾਜ਼ ਟੈਲਿੰਗ ਐਂਡ ਐਕਸਪ੍ਰੈਸਿੰਗ ਅਬਾਊਟ ਦ ਰਿਐਲਿਟੀ ਆਫ ਇਮਾਨ, ਬਟ ਹੀ ਕੁਡ ਨਾਟ ਐਕਸਪਲੇਨ ਐਂਡ ਆਈ ਡਿਸਾਈਡਡ ਦੈਟ ਆਈ ਵਿਲ ਸਟੈਂਡ ਐਂਡ ਆਈ ਵਿਲ ਬ੍ਰੇਕ। ਉਹ ਜਿਹੜੀ ਹਕੀਕਤ ਇਮਾਨ ਗੱਲ ਸ਼ੁਰੂ ਕਰ ਗਏ ਨਾ, ਅੱਗੋਂ ਫਿਰ ਗੱਲ ਨਹੀਂ ਕੀਤੀ, ਉਹ ਮੈਂ ਹੁਣ ਤੁਹਾਨੂੰ ਦੱਸਣ ਲੱਗਾ ਕਿ ਹਕੀਕਤ ਇਮਾਨ ਕੀ ਹੈ। ਯਾਦ ਰੱਖੋ, ਇੱਕ ਹੈ ਇਮਾਨ ਫਖ ਲੈਣਾ ਹੈ ਕੁਰਾਨ ਸੱਲੱਲਾਹੁ ਅਲੈਹਿ ਵਸੱਲਮ, ਜੀ
ਕਿਸੇ ਪਾਸੇ ਮਾਨ ਲੱਗਿਆ ਇੱਕ ਚ ਹੈਗਾ ਈਮਾਨ ਔਰ ਇੱਕ ਹੈ ਹਕੀਕਤ ਈਮਾਨ ਔਰ ਇਹ ਯਾਦ ਰੱਖੋ ਕਿ ਈਮਾਨ ਅਕੀਦੇ ਦਾ ਮੌਜੂ ਹੈ ਔਰ ਹਕੀਕਤ ਈਮਾਨ ਅਕੀਦੇ ਦਾ ਮੌਜੂ ਨਹੀਂ ਇਹ ਤਸੱਵਫ ਹੈ ਇਹ ਜਿਹੜਾ ਫਕੀਰੀ ਲੈਣ ਨਾ ਫਕੀਰਾਂ ਦਾ ਜਿਹੜਾ ਦਰਵੇਸ਼ਾਂ ਦਾ ਉਹ ਹੈ ਜਿਹਨੂੰ ਹਕੀਕਤ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਇੱਕ ਦਫ਼ਾ ਇੱਕ ਸਿਹਾਬੀ ਹਜ਼ਰਤ ਹਾਰਸ ਕਰੀਬ ਗੁਜ਼ਰੇ ਸੁਬਹ ਦਾ ਵਕਤ ਸੀ ਜਦੋਂ ਮੁਲਾਕਾਤ ਹੋਈ ਤਾਂ ਆਪਨੇ ਫਰਮਾਇਆ ਕਿ ਹਾਰਿਸ ਆਪਨੇ ਕੈਸੇ ਸੁਬਹ ਕੀ ਸੁਬਹ ਕੈਸੇ ਕੀ ਤੋ ਹਜ਼ਰਤ ਹਾਰਿਸ ਅਰਜ਼ ਕਰਤੇ ਹੈ ਮੇਰੇ ਆਕਾ ਮੈਨੇ ਹਕੀਕਤ ਈਮਾਨ ਪੇ ਸੁਬਹ ਕੀ ਹੈ ਤੋ ਆਪਨੇ ਫਰਮਾਇਆ ਰਫਤਾ ਤੂੰ ਤੋ ਆਰਿਫ ਹੋ ਗਏ ਤੂੰ ਤੋ ਔਰ ਅਕੀਦਾ ਈਮਾਨ ਦੀ ਤਫਸੀਰ ਹੈ ਔਰ ਹਕੀਕਤ ਈਮਾਨ ਯਾਨੀ ਤਸੱਵਫ ਜਿਹੜਾ ਸਾਰਾ ਦਾ ਸਾਰਾ ਹਕੀਕਤ ਈਮਾਨ ਦੀ ਤਫਸੀਰ ਹੈ ਆਪਨੇ ਫਰਮਾਇਆ ਤੂੰਨੇ ਹਕੀਕਤ ਈਮਾਨ ਕੇ ਸਾਥ ਸੁਬਹ ਕੀ ਹੈ ਤੂੰ ਤੋ ਆਰਿਫ ਹੋ ਗਿਆ ਤੁਝੇ ਤੋ ਮੁਆਰਫਤ ਮਿਲ ਗਈ ਹੈ ਤੂੰ ਤੋ ਆਰਿਫ ਹੋ ਗਿਆ ਤੋ ਉਹ ਜਿਹੜਾ ਜਵਾਬ ਉਹਨਾਂ ਨੇ ਦਿੱਤਾ ਨਾ ਉਹ ਸਾਰੇ ਦਾ ਸਾਰਾ ਤਸੱਵਫ ਹੈ ਜਿਹੜਾ ਬਲੀਆਂ ਦਾ ਇਲਮ ਹੈ ਉਹਨਾਂ ਨੇ ਜਵਾਬ ਕੀ ਦਿੱਤਾ ਉਹਨਾਂ ਨੇ ਜਵਾਬ ਇਹ ਅਰਜ਼ ਕੀਤਾ ਕਿ ਯਾ ਰਸੂਲ ਅੱਲਾ ਮੈਨੇ ਆਪਣੀ ਜਾਨ ਕੋ ਦੁਨੀਆ ਸੇ ਅਲੱਗ ਕਰ ਲਿਆ ਮੈਨੇ ਆਪਣੇ ਕੋ ਦੁਨੀਆ ਸੇ ਜੁਦਾ ਕਰ ਲਿਆ ਇਹਦਾ ਮਤਲਬ ਇਹ ਨਹੀਂ ਕਿ ਮੈਂ ਉਹ ਰਹਿਮਾਨੀਅਤ ਵਿੱਚ ਚਲਾ ਗਿਆ ਪਰ ਮੈਂ ਦਿਲ ਵਿੱਚ ਦੁਨੀਆ ਨੂੰ ਕੱਢ ਦਿੱਤਾ ਦਿਲ ਵਿੱਚ ਦੁਨੀਆ ਨਹੀਂ ਰਹਿਣ ਦਿੱਤੀ ਇਸ ਦਿਲ ਦੇ ਵਿੱਚੋਂ ਦੁਨੀਆ ਨੂੰ ਬਿਲਕੁਲ ਖਤਮ ਕਰ ਦਿੱਤਾ ਅਤੇ ਜਦੋਂ ਦਿਲ ਦੇ ਵਿੱਚੋਂ ਦੁਨੀਆ ਨੂੰ ਕੱਢ ਦਿੱਤਾ ਜਾਏ ਤਾਂ ਅੱਲਾਹ ਤਾਲਾ ਕੁਰਾਨ ਫਰਮਾਉਂਦੇ ਨੇ ਵਸਗੁਰ ਇਸਮਾ ਰੱਬਿਕਾ ਵਤਬੱਤਲ ਇਲੈਹਿ ਤਬਤੀਲਾ ਅੱਲਾਹ ਦਾ ਇਤਨਾ ਜ਼ਿਕਰ ਕਰੋ ਇਤਨਾ ਜ਼ਿਕਰ ਕਰੋ ਕਿ ਤੁਮੇ ਰੱਬ ਕੀ ਤਰਫ ਤੁਮ ਤਬੱਤਲ ਹੋ ਜਾਓ ਤਬੱਤਲ ਹੋ ਜਾਓ ਵਸਗੁਰ ਇਸਮਾ ਰੱਬਿਕਾ ਵਤਬੱਤਲ ਤਬੱਤਲ ਤਬੱਤਲ ਉਹ ਮੁਕਾਮ ਹੈ ਤਬੱਤਲ ਇਲੈਹਿ ਤਬਤੀਲਾ ਤਬੱਤਲ ਮੁਕਾਮ ਹੈ ਮੈਂ ਖੁਦ ਵੀ ਇਨਕਾਰ ਹਾਂ ਕਿ ਮੈਂ ਗੱਲ ਇਸੇ ਤਰ੍ਹਾਂ ਨਹੀਂ ਕਰਨਾ ਚਾਹਿਆ ਤਬੱਤਲ ਪੁਰਾਣੇ ਪਾਕ ਹੈ ਤੁਸੀਂ ਇੰਨੀ ਯਾਦ ਕਰੋ ਕਿ ਤੁਹਾਨੂੰ ਮੁਕਾਮ ਹੈ ਤਬੱਤਲ ਜਿਹੜਾ ਉਹ ਤੁਹਾਡਾ ਤਬੱਤਲ ਕਹਿੰਦੇ ਨੇ ਤਬੱਤਲ ਕਹਿੰਦੇ ਕਿਹਨੂੰ ਕਹਿੰਦੇ ਨੇ ਬਈ ਬੰਦਾ ਅਗਰ ਦੁਨੀਆ ਨਾਲੋਂ ਅਲੱਗ ਹੋ ਜਾਏ ਤਾਂ ਉਹਨੂੰ ਕੁਰਾਨ ਵਿੱਚ ਤਬੱਤਲ ਕਿਹਾ ਗਿਆ ਅਤੇ ਫਿਰ ਉਸ ਤੋਂ ਬਾਅਦ ਫਰਮਾਇਆ ਜਦੋਂ ਖੁਦ ਨਾਲੋਂ ਵੀ ਜੁਦਾ ਕਰ ਲੈਣਾ ਆਪਣੇ ਆਪ ਨੂੰ ਆਪਣੀ ਮੈਂ ਨੂੰ ਮਾਰ ਲੈਣਾ ਅਤੇ ਬਸ ਕੁਝ ਫਰਕ ਵੀ ਕਿ ਬਤਬਤਲ ਲਈ ਹੀ ਤਬਦੀਲਾ ਫਿਰ ਤਬਦੀਲਾ ਉਹਨੂੰ ਕਹਿੰਦੇ ਨੇ ਕਿ ਆਪਣੀ ਮੈਂ ਨੂੰ ਵੀ ਬਦਲਿਆ ਕਰ ਲੈਣਾ ਯਾਨੀ ਕਿ ਆਪਣੇ ਆਪ ਨੂੰ ਦੁਨੀਆ ਨਾਲੋਂ ਅਲੱਗ ਕੀਤਾ ਹੈ ਉਹ ਮੁਕਾਮ ਵਿੱਚ ਤਬਦੀਲ ਹੈ ਅਤੇ ਤਬਦੀਲਾ ਕਹਿੰਦੇ ਨੇ ਕਿ ਜਿਹਦੀ ਵਿੱਚ ਮੈਂ ਰਹਿ ਜਾਂਦੀ ਹੈ ਨਾ ਜਿਹਦੀ ਦੋ ਕਿਸਮ ਦੇ ਗੈਰ ਨੇ ਇੱਕ ਬਾਹਰ ਵਾਲਾ ਗੈਰ ਹੈ ਇੱਕ ਅੰਦਰ ਵਾਲਾ ਗੈਰ ਹੈ ਯਾਨੀ ਬਾਹਰ ਵਾਲੇ ਕੋਲੋਂ ਵੀ ਛੁਟਕਾਰਾ ਪਾਉਣਾ ਅਤੇ ਅੰਦਰ ਵਾਲੇ ਗੈਰ ਕੋਲੋਂ ਵੀ ਛੁਟਕਾਰਾ ਪਾਉਣਾ ਫਿਰ ਅੱਗੋਂ ਨਜ਼ਾਰੇ ਹੁੰਦੇ ਨੇ ਫਿਰ ਉਹ ਦੂਈ ਨਹੀਂ ਰਹਿ ਜਾਂਦੀ ਫਿਰ ਯਕਸੋਈ ਹੋ ਜਾਂਦੀ ਫਿਰ ਹੀ ਗੱਲ ਕਰਦੇ ਭਈ ਗੱਲ ਸਮਝ ਆ ਰਹੀ ਜੇ ਕਿ ਨਹੀਂ ਥੋੜ੍ਹੀ ਥੋੜ੍ਹੀ ਹੁਣ ਅਸਲ 'ਚ ਥੱਕ ਵੀ ਗਏ ਤੁਸੀਂ ਲੇਕਿਨ ਇਹ ਗੱਲ ਜਿਹੜੀ ਹੈ ਨਾ ਮਕਸਦ ਹੈ ਤਸੱਵਫ ਦੇ ਮੁਤਲਕ ਗੱਲ ਕੀਤੀ ਜਾ ਰਹੀ ਹੈ ਅੱਲਾਹ ਤਾਲਾ ਨੇ ਕਿੱਦਾਂ ਖੂਬਸੂਰਤੀ ਨਾਲ ਇਹ ਨੁਕਤਾ ਜਿਹੜਾ ਤਸੱਵਫ ਦਾ ਉਹ ਸਮਝਾ ਦਿੱਤਾ ਕੁਰਾਨ ਪਾਕ ਦੇ ਵਿੱਚ ਕਿ ਗੈਰ ਬਾਹਰ ਵਾਲੇ ਗੈਰ ਕੋਲੋਂ ਵੀ ਛੁਟਕਾਰਾ ਪਾਉਣਾ ਔਰ ਅੰਦਰ ਵਾਲੇ ਗੈਰ ਕੋਲੋਂ ਵੀ ਛੁਟਕਾਰਾ ਪਾਉਣਾ ਅਤੇ ਮੂਸਾ ਅਲੈਹਿ ਸਲਾਮ ਜਦੋਂ ਆਪਣੀ ਜ਼ੌਜਾ ਮੁਹਤਰਮਾ ਦੇ ਨਾਲ ਜਾ ਰਹੇ ਸਨ ਇੱਕ ਅੱਗ ਨੂੰ ਰੋਸ਼ਨ ਵੇਖਿਆ ਇੰਨੀ ਅਨਸਤੋਨਾਰਨ ਜਿਸ ਲਈ ਉਸ ਅੱਗ ਨੂੰ ਰੋਸ਼ਨ ਦੇਖਿਆ ਅਤੇ ਆਪ ਨੇ ਫਰਮਾਇਆ
ਕਿ ਮੈਂ ਨਾ ਜੋ ਦੁਆ ਕਹਿੰਦਾ ਮੈਂ ਇਸ ਕੋਈ ਖਬਰ ਹੈ ਕਿ ਮੈਂ ਯਾਰ ਕੀ ਖਬਰ ਨਾ ਇਸੇ ਲੈ ਕੇ ਆਊਂ ਇਸ ਸਾਖ ਸੇ ਮੁਝੇ ਯਾਰ ਕੀ ਖਬਰ ਨਾ ਲੈ ਕੇ ਆਊਂ। ਇਹਦਾ ਮਤਲਬ ਇਹ ਹੈ ਕਿ ਜਿਹੜਾ ਤਸੱਬਫ ਹੈ ਨਾ ਇਹ ਅੱਗ ਤੋਂ ਸ਼ੁਰੂ ਹੁੰਦਾ ਹੈ। ਕੀ ਭਲਾ ਮੈਂ ਮਾਲਕ ਦੀ ਖਬਰ ਲੈ ਕੇ ਆਵਾਂ, ਮੈਂ ਮਾਲਕ ਦੀ ਖਬਰ ਲੈ ਕੇ ਆਵਾਂ। ਯਾਨੀ ਇਸ਼ਕ ਦੀ ਅੱਗ ਦਾ ਮਤਲਬ ਇਹ ਹੈ ਕਿ ਦੁਨੀਆਂ ਦੀ ਖੁਆਇਸ਼ਾਂ ਨੂੰ ਜਲਾ ਦਿੰਦੀ ਹੈ, ਸਿਰਫ ਅੱਲਾਹ ਦੀ ਦਿਲ ਦੇ ਵਿੱਚ ਖੁਆਇਸ਼ ਰਹਿ ਜਾਂਦੀ ਹੈ, ਬਾਕੀ ਹਰ ਖੁਆਇਸ਼ ਨੂੰ ਜਲਾ ਕੇ ਰੱਖ ਦਿੰਦੀ ਹੈ ਅੱਗ ਜਿਹੜੀ ਹੈ, ਜਿਹੜੀ ਇਸ਼ਕ ਦੀ ਅੱਗ ਹੈ। ਜਿਹੜੀ ਫਰਮਾਇਆ ਮੈਂ ਦੋ ਕੰਮ ਕਰਾਂਗਾ, ਇੱਕ ਤਾਂ ਮੈਂ ਉਹਦੀ ਖਬਰ ਲੈ ਕੇ ਆਵਾਂਗਾ ਅਤੇ ਦੂਸਰਾ ਮੈਂ ਦੇਖਾਂਗਾ ਜੇ ਅੰਗਾਰਾ ਹੋਇਆ ਤਾਂ ਤਾਪਣ ਵਾਸਤੇ ਲੈ ਆਵਾਂਗਾ ਅਤੇ ਮੈਂ ਉਹਦੀ ਖਬਰ ਲੈ ਕੇ ਆਵਾਂਗਾ। ਅੱਛਾ, ਇਹ ਹੁਣ ਬੜੀ ਇੱਕ ਨੁਕਤੇ ਵਾਲੀ ਗੱਲ ਹੈ ਕਿ ਖਬਰ ਜਿਹੜੀ ਹੈ ਨਾ ਪੜ੍ਹਨ ਪੜ੍ਹਾਉਣ ਦਾ ਨਾਂ ਨਹੀਂ, ਇਹਦਾ ਤਾਲੁਕ ਇਲਮ ਦੇ ਨਾਲ ਹੈ। ਖਬਰ ਪੜ੍ਹਨੇ ਪੜ੍ਹਾਉਣੇ ਸੇ ਨਹੀਂ ਮਿਲਤੀ, ਵੋ ਇਲਮ ਹੋਤਾ ਹੈ, ਉਸਕੋ ਇਲਮ ਕਹਾ ਜਾਤਾ ਹੈ, ਜਿਸਕੋ ਰੱਬ ਕੀ ਤਰਫ ਸੇ ਖਬਰ ਨਹੀਂ ਮਿਲ ਸਕਦੀ ਹੈ ਜਿਹਨੂੰ ਅੱਗ ਲੱਗੀ ਹੈ। ਜਿਹਨੂੰ ਅੱਗ ਨਹੀਂ ਲੱਗੀ ਉਹ ਖਬਰ ਨਹੀਂ ਲਿਆ ਸਕਦਾ। ਖਬਰ ਲਿਆਉਣ ਵਾਸਤੇ ਅੱਗ ਦਾ ਲੱਗਣਾ ਜ਼ਰੂਰੀ ਹੈ, ਖਬਰ ਨਹੀਂ ਮਿਲਦੀ। ਔਰ ਅੱਲਾਹ ਤਾਲਾ ਨੇ ਕੁਰਾਨ ਫਰਮਾਇਆ ਅਰਰਹਿਮਾਨ ਫਸਲ ਬਿਹੀ ਖਬੀਰਾ, ਉਸ ਪਾਕ ਪਰਵਰਦਿਗਾਰ ਰਹਿਮਾਨ ਕੀ ਖਬਰ ਲੈਣੀ ਹੈ ਤੋ ਕਿਸੀ ਇਲਮ ਵਾਲੇ ਕੇ ਪਾਸ ਜਾ, ਨਹੀਂ ਫਰਮਾਇਆ, ਫਰਮਾਇਆ ਕਿਸੀ ਖਬਰ ਵਾਲੇ ਕੇ ਪਾਸ ਜਾ। ਅਰਰਹਿਮਾਨ ਫਸਲ ਬਿਹੀ ਖਬੀਰਾ, ਅਗਰ ਰਹਿਮਾਨ ਕੀ ਖਬਰ ਲੈਣੀ ਹੈ ਤੋ ਫਿਰ ਇਲਮ ਵਾਲੇ ਸੇ ਨਾ ਪੁੱਛੋ, ਬਲਕਿ ਫਰਮਾਇਆ ਕਿਸੀ ਖਬਰ ਵਾਲੇ ਸੇ ਪੁੱਛੋ। ਔਰ ਹਜ਼ਰਤ ਸ਼ਾਹ ਸ਼ਮਸ ਤਬਰੇਜ਼ੀ ਰਹਿਮਤੁਲਾਹ ਅਲੈਹ, ਜਿਹੜੇ ਫਲਸਫੇ ਦੇ ਮੌਲਾਨਾ ਸਨ, ਮੌਲਾਨਾ ਰੂਮ ਰਹਿਮਤੁਲਾਹ ਅਲੈਹ, ਉਹਨਾਂ ਦੇ ਕੋਲ ਚਲੇ ਗਏ, ਉਹ ਬੱਚਿਆਂ ਨੂੰ ਫਲਸਫੇ ਦੀ ਤਾਲੀਮ ਦੇ ਰਹੇ ਸਨ ਅਤੇ ਆਪ ਨੇ ਜਾ ਕੇ ਪੁੱਛਿਆ ਮੌਲਾਨਾ ਇਹ ਚੀਜ਼ ਇਹ ਕਿਆ ਹੈ? ਉਹਨਾਂ ਨੇ ਅੱਗੋਂ ਫਰਮਾਇਆ ਇਹ ਇਲਮ ਅਸਤ, ਇਹ ਕੀ ਲੋਕਾਲ ਅਸਤ, ਤੂੰ ਬਾਬਾ ਤੂੰ ਨਹੀਂ ਜਾਣਦਾ ਇਸਕੋ, ਇਹ ਕੀ ਲੋਕਾਲ ਅਸਤ, ਤੂੰ ਨਹੀਂ ਜਾਣਦਾ ਇਸਕੋ। ਆਪ ਜਦੋਂ ਮੌਲਾਨਾ ਰੂਮ ਪੜ੍ਹਾ ਕੇ ਗਏ ਨੇ ਤਾਂ ਕਿਤਾਬਾਂ ਪਾਣੀ ਦੇ ਹੌਦ ਵਿੱਚ ਸੁੱਟ ਛੜੀਆਂ, ਹੱਥ ਦੀਆਂ ਲਿਖੀਆਂ, ਅਤੇ ਸਿਆਹੀ ਜ਼ਾਹਿਰ ਖੁੱਲ੍ਹ ਜਾਣੀ ਸੀ, ਮੁੰਡੇ ਦੌੜੇ, ਰੌਲਾ ਪਾਇਆ ਜੀ ਉਹ ਕਿਤਾਬਾਂ ਸੁੱਟ ਗਏ ਨੇ, ਉੱਥੇ ਬੜਾ ਕੰਮ ਖਰਾਬ ਹੋ ਗਿਆ, ਇਹ ਤਾਂ ਬੜਾ ਕੰਮ ਖਰਾਬ ਹੋਇਆ, ਕਿਤਾਬਾਂ ਸੁੱਟ ਗਏ। ਅਤੇ ਹਜ਼ਰਤ ਮੌਲਾਨਾ ਰੂਮ ਦੌੜਦੇ ਹੋਏ ਆਏ, ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਇਹ ਤੁਸੀਂ ਕਿਉਂ ਜ਼ੁਲਮ ਕੀਤਾ, ਮੇਰੀ ਤਾਂ ਸਾਰੀ ਉਮਰ ਦੀ ਮਿਹਨਤ ਸੀ, ਤੁਸੀਂ ਪਾਣੀ ਦੇ ਵਿੱਚ ਕਿਤਾਬਾਂ ਕਲਮੀ ਸੁੱਟ ਦਿੱਤੀਆਂ, ਸਾਰਾ ਇਲਮ ਹੀ ਰੁੜ ਗਿਆ ਨਾ, ਮਤਲਬ ਇਹ ਸੀ ਬੋਲੇ ਬੜਾ, ਜਿਸ ਬੋਲੇ ਤੇ ਆਪ ਪਾਣੀ 'ਚ ਉਤਰ ਗਿਆ, ਉਸ ਆਪ ਨੇ ਕਿਤਾਬ ਨੂੰ ਹੱਥ ਪਾਇਆ ਅਤੇ ਮਿੱਟੀ ਝਾੜ ਝਾੜ ਕੇ ਨਾ ਮੌਲਾਨਾ ਨੂੰ ਫੜਾਈ ਜਾਂਦੇ ਸਨ, ਲੈ ਮੌਲਾਨਾ। ਜੇ ਮੌਲਾਨਾ ਸਾਹਿਬ ਪਰੇਸ਼ਾਨ ਤੇ ਹੈਰਾਨ ਹੋ ਗਏ, ਆਖਦੇ ਨੇ ਇਹ ਚੀਜ਼ ਇਹ ਕਿਆ ਚੀਜ਼ ਹੈ, ਤੇ ਫਰਮਾਤੇ ਹੈ ਮੌਲਾਨਾ ਆ ਕੀ ਲੋਕਾਲ ਹੀ ਹਾਲ ਅਸ, ਉਹ ਕੀ ਲੋਕਾਲ ਥਾ ਯੇ ਹਾਲ ਹੈ, ਤੂੰ ਨਹੀਂ ਜਾਣਦਾ ਇਸਕੋ। ਉਦੋਂ ਫਿਰ ਪਤਾ ਲੱਗਾ ਕਿ ਇਹਦਾ ਤੇ ਮੈਨੂੰ ਇਲਮ ਹੀ ਨਹੀਂ, ਤੇ ਇਲਮ ਹੋਣਾ ਕਿਸ ਤਰ੍ਹਾਂ ਸੀ ਕਿ ਕਿਸੇ ਖਬਰ ਵਾਲੇ ਨੂੰ ਮਿਲਦੇ ਤੇ ਖਬਰ ਮਿਲਣੀ ਸੀ ਨਾ, ਇਸ ਵਾਸਤੇ ਇਲਮ ਨਾਲ ਇਹ ਗੱਲ ਨਹੀਂ ਬਣੀ ਬਲਕਿ ਖਬਰ ਵਾਲੇ ਨੂੰ ਮਿਲ ਕੇ ਗੱਲ ਬਣੀ। ਔਰ ਫਿਰ ਉਹਨਾਂ ਨੇ ਆਪਣਾ ਉਹ ਸਭ ਕੁਛ ਛੱਡ ਕੇ ਤੇ ਉਹਨਾਂ ਦੇ ਪਿੱਛੇ, ਔਰ ਉਹ ਕਈ ਸਾਲ ਹਰ ਸਾਲ ਉਹਨਾਂ ਦੇ ਪਿੱਛੇ ਉਹਨਾਂ ਦੀ ਸੋਭਤ ਉਹਨਾਂ ਦੀ ਖਿਦਮਤ ਵਿੱਚ ਰਹਿ ਗਏ। ਕੁਰਾਨ ਪਾਕ ਚ ਲਕਦ ਖਲਕ ਨਾਲ ਇਨਸਾਨ ਵੀ ਅਹਸਾਨ ਤਕਵੀਨ, ਕਿ ਮੈਂ ਇਨਸਾਨ ਕੋ ਬਿਹਤਰੀਨ ਸੂਰਤ ਪੇ ਪੈਦਾ ਫਰਮਾਇਆ, ਆਸਨ ਬਣਾਇਆ ਇਨਸਾਨ ਕੋ ਮੈਨੇ ਆਸਨ ਬਣਾਇਆ, ਸੁਮਰਦਦ ਨਾ ਹੋ ਅਸਫਲ ਸਾਫਲੀਨ, ਫਿਰ ਅਸਫਲ ਸਾਫਲੀਨ ਦਾ ਕਿਆ ਮਤਲਬ ਹੈ? ਅਸਫਲ ਜਦੋਂ ਆਸਨ ਸੀ ਨਾ, ਜਦੋਂ ਪੈਦਾ ਹੋਇਆ
ਉਦੋਂ ਤੇ ਚੰਗਾ ਸੀ, ਲੇਕਿਨ ਜਦੋਂ ਦੁਨੀਆਂ ਵਿੱਚ ਆ ਗਿਆ ਫਿਰ ਖਵਾਹਿਸ਼ਾਂ ਪੈ ਗਈਆਂ, ਉਹਦੇ ਨਾਲ ਫਿਰ ਮੁਕਾਮ ਅਸਫਲ ਹੋ ਗਿਆ। ਫਿਰ ਅੱਗੇ ਫਰਮਾਇਆ ਫਲਾ ਹੁਣ ਅਜਰ ਗੈਰ ਮਮਨੂਨ, ਫਰਮਾਇਆ ਜਿਹੜੇ ਮੇਰੇ ਹੋ ਜਾਂਦੇ ਨੇ ਨਾ ਫਿਰ ਮੈਂ ਉਹਨਾਂ ਨੂੰ ਯਾਨੀ ਬੇਹਿਸਾਬਾ ਅਜਰ ਦਿੰਦਾ, ਜਿਹੜਾ ਮੈਂ ਅਜਰ ਉਹਨਾਂ ਨੂੰ ਅਦਾ ਫਰਮਾਨਾ ਉਹਦਾ ਮੈਂ ਕੋਈ ਹਿਸਾਬ ਨਹੀਂ ਰੱਖਦਾ, ਉਹ ਅਜਰ ਜਿਹੜਾ ਹਮੇਸ਼ਾ ਵਾਸਤੇ ਹੈ। ਫਲਾ ਹੁਣ ਅਜਰ ਗੈਰ ਮਮਨੂਨ, ਫਲਾ ਹੁਣ ਅਜਰ ਗੈਰ ਮਮਨੂਨ। ਅਤੇ ਗੱਲ ਇਹ ਹੈ ਕਿ ਉਹਨਾਂ ਦਾ ਅਜਰ ਖਤਮ ਨਹੀਂ ਹੋ ਸਕਦਾ, ਅਤੇ ਜਿਹੜੇ ਮੌਜੂਦ ਨੇ ਉਹ ਕਿਸ ਤਰ੍ਹਾਂ ਖਤਮ ਹੋ ਸਕਦੇ। ਅਤੇ ਚੂੰਕਿ ਇਹ ਚੀਜ਼ਾਂ ਖਬਰ ਨਾਲ ਮਿਲਦੀਆਂ ਨੇ, ਇਲਮ ਨਾਲ ਨਹੀਂ ਮਿਲਦੀਆਂ, ਇਸੇ ਵਾਸਤੇ ਅੱਲਾਹ ਫਰਮਾਨਦੇ ਨੇ ਵਸਲ ਨਫਸਕਾ ਮਾ ਅਲਜ਼ੀਨਾ ਯਦਉਨਾ ਰੱਬਹੁਮ ਬਿਲਗਦਾ ਅਤੇ ਵਲਸ਼ੀ ਯੂਰੀਦੂਨਾ ਵਜ੍ਹਾ। ਅਗਰ ਤੁਸੀਂ ਲੋਕੋ ਮੇਰਾ ਬਣਨਾ ਹੈ ਅਤੇ ਫਿਰ ਉਹਦੇ ਵਾਸਤੇ ਇਹ ਹੈ ਕਿ ਜਿਹੜੇ ਮੇਰੇ ਨਾਲ ਜੁੜੇ ਨੇ ਉਹਨਾਂ ਨਾਲ ਜੁੜ ਜਾਓ, ਇਹ ਅੱਲਾਹ ਦਾ ਫਰਮਾਨ ਹੈ। ਅਤੇ ਫਕੀਰੀ ਸ਼ੁਰੂ ਹੀ ਹੁੰਦੀ ਹੈ ਮੁਸਾਫਰੀ ਤੋਂ, ਬੰਦਾ ਅੱਲਾਹ ਨੇ ਇਹਨੂੰ ਮੁਸਾਫਰ ਬਣਾ ਕੇ ਭੇਜਿਆ ਹੈ, ਲੇਕਿਨ ਇਹ ਮੁਕੀਮ ਬਣ ਗਿਆ ਹੈ, ਇਹਨੇ ਸਮਝਿਆ ਕਿ ਮੈਂ ਹਮੇਸ਼ਾ ਰਹਿਣਾ, ਇਹਦੇ ਮਨਸੂਬੇ ਬੜੇ ਬੜੇ ਸ਼ੁਰੂ ਹੋ ਗਏ, ਇਹਨੇ ਜ਼ਿਹਨ 'ਚ ਕੱਢ ਦਿੱਤਾ ਕਿ ਮੈਂ ਮੁਸਾਫਰ ਨਹੀਂ। ਥੋੜ੍ਹੀ ਦੇਰ ਲੱਗਦੀ ਹੈ, ਬਹੁਤਾ ਚਿਰ ਵੀ ਨਹੀਂ ਲੱਗਦਾ, ਅਗਰ ਬੰਦਾ ਇਹ ਫੈਸਲਾ ਕਰ ਲਵੇ ਕਿ ਮੈਂ ਮੁਸਾਫਿਰ ਹਾਂ ਮੈਂ ਮੁਕੀਮ ਨਹੀਂ, ਤਾਂ ਗੱਲ ਬਣ ਜਾਂਦੀ ਹੈ। ਫਕੀਰੀ ਦੀ ਇਬਤਦਾ ਹੀ ਇਸ ਗੱਲ ਨਾਲ ਹੁੰਦੀ ਜਦੋਂ ਬੰਦਾ ਫੈਸਲਾ ਕਰ ਲੈਂਦਾ ਕਿ ਮੈਂ ਮੁਸਾਫਿਰ ਹਾਂ ਮੈਂ ਮੁਕੀਮ ਨਹੀਂ ਹੈ, ਕਿਉਂਕਿ ਜਿਹੜਾ ਮੁਕੀਮ ਹੁੰਦਾ ਉਹ ਗਾਫਲ ਹੋ ਜਾਂਦਾ, ਲੇਕਿਨ ਜਿਹੜਾ ਮੁਸਾਫਿਰ ਹੈ ਨਾ ਉਹ ਗਾਫਲ ਨਹੀਂ ਹੁੰਦਾ। ਤੁਹਾਨੂੰ ਪਤਾ ਹੈ ਜਦੋਂ ਬੁਲਾਵਾ ਪੈਂਦਾ ਉੱਥੇ ਬੱਚਾ ਵੀ ਨਹੀਂ ਵੇਖਿਆ ਜਾਂਦਾ, ਜਵਾਨ ਵੀ ਨਹੀਂ ਵੇਖਿਆ ਜਾਂਦਾ, ਬੁੱਢਾ ਵੀ ਨਹੀਂ ਵੇਖਿਆ ਜਾਂਦਾ, ਜਦੋਂ ਬੁਲਾਵਾ ਪੈ ਜਾਏ ਤਾਂ ਫਿਰ ਉਹ ਟੁੱਟ ਜਾਂਦਾ। ਅਤੇ ਫਕੀਰੀ ਸ਼ੁਰੂ ਹੀ ਹੁੰਦੀ ਇੱਥੋਂ ਜਦੋਂ ਬੰਦਾ ਆਪਣੇ ਆਪ ਨੂੰ ਫੈਸਲਾ ਕਰ ਲੈਂਦਾ ਕਿ ਮੈਂ ਮੁਸਾਫਿਰ ਹਾਂ। ਦੂਸਰਾ ਇਹ ਹੈ ਕਿ ਜਿਹੜੀ ਸੰਗਤ ਅਤੇ ਨਿਸਬਤ ਹੈ ਨਾ ਇਹ ਕੰਮ ਆਉਂਦੀ ਹੈ ਅਗਰ ਨਸੀਬ ਹੋ ਜਾਏ, ਅਗਰ ਨਾ ਵੀ ਨਸੀਬ ਹੋਵੇ ਸੰਗਤ ਅਤੇ ਨਿਸਬਤ ਤੁਸੀਂ ਇਰਾਦਾ ਕਰਕੇ ਚੱਲ ਪਵੋ ਫਿਰ ਵੀ ਕੰਮ ਆਉਂਦੀ ਹੈ। ਮਸਲਨ ਤੁਸੀਂ ਇੱਕ ਹਦੀਸੇ ਪਾਤਸ਼ਾਹ ਬੰਦਾ ਜਿਹਨੇ 100 ਬੰਦਾ ਕਤਲ ਕਰ ਦਿੱਤਾ ਅਤੇ ਕਿਸੇ ਕੋਲ ਗਿਆ ਕਿ ਮੈਨੂੰ ਕੋਈ ਮਾਫ਼ੀ ਹੋ ਸਕਦੀ ਹੈ, ਉਹਨਾਂ ਨੇ ਕਿਹਾ ਕਿ ਤੂੰ ਫਲਾਂ ਬਸਤੀ ਵਿੱਚ ਅੱਲਾਹ ਵਾਲਿਆਂ ਦੀ ਬਸਤੀ ਹੈ ਉੱਥੇ ਚਲਾ ਜਾ, ਸ਼ਾਇਦ ਤੇਰਾ ਕੰਮ ਬਣ ਜਾਏ। ਹਾਲਾਂਕਿ ਇੱਕ ਕਤਲ ਕਰਨਾ ਪੱਕਾ ਜਹਨਮੀ ਹੈ, ਔਰ ਉਸ ਬੰਦੇ ਨੇ 100 ਕਤਲ ਕੀਤੇ ਸਨ। ਉਹਨਾਂ ਨੇ ਕਿਹਾ ਤੂੰ ਇਸ ਤਰ੍ਹਾਂ ਕਰ, ਉਹ ਬਸਤੀ ਹੈ ਅੱਲਾਹ ਵਾਲੇ ਦੀ ਉੱਥੇ ਚਲਾ ਜਾ। ਉਹ ਤਿਆਰ ਹੋ ਕੇ ਆਪਣੇ ਘਰੋਂ 10 ਕਦਮ ਹੀ ਗਿਆ, ਉਹਦੀ ਮੌਤ ਵਾਕਿਆ ਹੋ ਗਈ, ਉਹ ਫੌਤ ਹੋਇਆ ਪਿਆ। ਲੇਕਿਨ ਫੌਤ ਹੋਣ ਦੇ ਨਾਲ ਫਰਿਸ਼ਤੇ ਦੁਜ਼ਖ ਵਾਲੇ ਵੀ ਲੈਣ ਆ ਗਏ ਅਤੇ ਫਰਿਸ਼ਤਾ ਜੰਨਤ ਵਾਲਾ ਵੀ ਉੱਤਰ ਆਇਆ। ਸਮਝ ਆ ਰਹੀ ਜੇ ਗੱਲ ਦੀ? ਇਹ ਹਦੀਸੇ ਪਾ ਕੇ ਬੁਖਾਰੀ ਸ਼ਰੀਫ ਦੀ, ਫਰਿਸ਼ਤੇ ਲੈਣ ਵਾਸਤੇ ਆ ਗਏ, ਫਰਿਸ਼ਤੇ ਟਕਰਾਰ ਕਰਨ ਲੱਗ ਪਏ ਆਪਸ ਦੇ ਵਿੱਚ, ਜੰਨਤ ਵਾਲੇ ਕਹਿਣ ਲੱਗੇ ਅਸੀਂ ਲੈ ਕੇ ਜਾਣਾ, ਜਿਹੜੇ ਦੁਜ਼ਖ ਵਾਲੇ ਸਨ ਉਹ ਕਹਿਣ ਅਸੀਂ ਲੈ ਕੇ ਜਾਣਾ। ਬਈ ਤੁਸੀਂ ਕਿਵੇਂ, ਉਹਨਾਂ ਕਹਿ ਜੀ 100 ਬੰਦਾ ਮਾਰਿਆ ਅਸੀਂ ਇਹਨੂੰ ਲੈ ਕੇ ਜਾਣਾ, ਅਤੇ ਤੁਸੀਂ ਕਿਵੇਂ ਕਹਿਣ ਲੱਗੇ ਜੀ ਅਸੀਂ ਕਿਉਂਕਿ ਅੱਲਾਹ ਦੇ ਬਲੀ ਦੀ ਤਰਫ ਤੌਬਾ ਦੀ ਸੱਚੀ ਨੀਅਤ ਕਰਕੇ ਚੱਲ ਪਿਆ ਸੀ, ਪਹੁੰਚਿਆ ਭਾਵੇਂ ਨਹੀਂ, ਲੇਕਿਨ ਹੁਣ ਅੱਲਾਹ ਨੂੰ ਪੁੱਛ ਲਓ ਕੀ ਕਰਨਾ। ਅੱਲਾਹ ਨੇ ਬਾਰਗਾਹ ਦੇ ਵਿੱਚ ਅਰਜ਼ ਕੀਤਾ, ਫਰਮਾਇਆ ਤੁਸੀਂ ਇਸ ਤਰ੍ਹਾਂ ਕਰੋ ਕਿ ਜਗ੍ਹਾ ਨੂੰ ਮਿਲ ਲਓ, ਜਗ੍ਹਾ ਨੂੰ ਕੀ ਕਰੋ ਮਿਲੋ, ਜੇ ਤੂੰ ਹਾਂ ਆਪਣੇ ਘਰ ਵੱਲ ਬਹੁਤਾ ਕਿ ਮੇਰੇ ਯਾਰ ਵੱਲ ਬਹੁਤਾ। ਅਤੇ ਹਦੀਸੇ ਪਾਤਸ਼ਾਹ ਦਾ ਫਰਿਸ਼ਤਿਆਂ ਨੂੰ ਮਿਲਣ ਦੇ ਲਾ ਦਿੱਤਾ, ਉਧਰੋਂ ਅੱਲਾਹ ਨੇ ਜ਼ਮੀਨ ਨੂੰ ਹੁਕਮ ਫਰਮਾ ਦਿੱਤਾ ਸੁਕੜ, ਅਤੇ ਜ਼ਮੀਨ ਸੁਕੜ ਗਈ, ਅਤੇ ਉਸ ਬੰਦੇ ਦਾ ਮਰੇ ਦਾ ਹੱਥ ਜਿਹੜਾ ਸੀ ਨਾ ਇੱਕ ਗਿੱਠ ਦੇ ਬਰਾਬਰ ਇੰਨਾ, ਉਹਦਾ ਵਲੀ ਵਾਲੇ ਪਾਸੇ ਜ਼ਿਆਦਾ ਨਿਕਲ ਆਇਆ। ਇਹਦਾ ਮਤਲਬ ਜਦੋਂ ਘਰੋਂ ਇਸ ਨੀਅਤ ਨਾਲ ਟੁੱਟਿਆ ਸੀ ਨਾ ਕਿ ਮੈਂ ਅੱਲਾਹ ਦੇ ਵਲੀ ਕੋਲ ਜਾਣਾ, ਅਤੇ ਅੱਲਾਹ ਨੇ ਅਦਲ ਛੱਡ ਕੇ ਅਤੇ ਫਜ਼ਲ ਫਰਮਾ ਲਿਆ, ਉਹ ਬੇਨਿਆਜ਼ ਹੈ, ਉਹਨੂੰ ਕਿਹੜਾ ਡੱਕ ਸਕਦਾ, ਡੱਕ ਸਕਦਾ ਕੋਈ ਰੋਕ ਸਕਦਾ, ਬੇਨਿਆਜ਼ ਹੈ ਬਾਦਸ਼ਾਹ, ਜਿਹਨੂੰ ਚਾਹੇ ਜਿਸ ਤਰ੍ਹਾਂ ਚਾਹੇ। ਲਓ ਜੀ ਫੈਸਲਾ ਹੀ ਬਦਲ ਦਿੱਤਾ, ਉਹ ਫਜ਼ਲੀ ਕੰਮ ਸ਼ੁਰੂ ਹੋ ਗਿਆ, ਉਹ ਅੱਲਾਹ ਨੇ ਜ਼ਮੀਨ ਨੂੰ ਵੀ ਸੁਖੇੜ ਦਿੱਤਾ ਔਰ ਜਗ੍ਹਾ ਮਿਲੀ ਇੱਕ ਗਿੱਠ, ਉਹ ਮਰੇ ਦਾ ਹੱਥ ਜਿਹੜਾ ਸੀ ਉਹ ਉਹਦਾ ਬਲੀ ਦੀ ਬਸਤੀ ਦੀ ਤਰਫ ਨਿਕਲ ਆਇਆ। ਇਹਦਾ ਮਤਲਬ ਇਹ ਹੈ, ਇਹ ਦੱਸਣਾ ਮਕਸਦ ਇਹ ਨਹੀਂ ਕਿ 100 ਕਤਲ, ਮਕਸਦ ਇਹ ਹੈ ਕਿ ਇਤਨਾ ਬੜਾ ਗੁਨਾਹਗਾਰ ਜਿਹਦੇ ਜਹਨਮ ਤੋਂ ਇਲਾਵਾ ਚਾਰੇ ਕੋਈ ਨਹੀਂ, ਲੇਕਿਨ ਉਹ ਵੀ ਜਦੋਂ ਸਾਲਹੀਨ ਦੀ ਤਰਫ ਨੀਅਤ ਕਰਕੇ ਤੁਰਿਆ ਨਹੀਂ ਤਾਂ ਪਹੁੰਚਿਆ ਨਹੀਂ, ਤਾਂ ਅੱਲਾਹ ਆਪਣੀ ਬਖਸ਼ਿਸ਼ ਫਰਮਾ ਦਿੰਦਾ। ਹਾਂਜੀ ਦੂਰ ਦੇ ਵਧੀਆ ਜਦੋਂ ਕੰਮ ਬੜਾ ਅੱਗੇ ਨਾ
جنتیاں جنت دی مور تے دوزخیاں تے دوزخ دی مور لو بھی جدو مور لگ جائے تے پھر کام تے پکا ہی ہوندا نا پکا دوزخ دی مور لگ گئی ایک بندہ وچوں جنتیاں دی جا کے پڑ لیندا ہے کہندا اما تعریف جی مینو پہچانیا جی میں تھانوں ایک دفعہ پانی پلایا سی تھانوں میں ایک دفعہ وضو کروایا سی وہ اللہ دا ولی سوچے گا یا اللہ یہ واقعی عرض کرے گا یا اللہ اے اللہ فرمائے گا انہوں نال لے آئیو ایڈی کہڑی اتنے پریشانی والی گل آئی ہے مور بھی لگی ہے اللہ نے آخیا پیاریا سونے میرے بنی سٹ مور ہوں تو سنے مور ہی لے جاتا جنت دے وچ اور مزے کی گل ہے انہوں نے ایک محلہ بنیا ہوا باقاعدہ پل پی جائے گی انہوں نے وہ آن گے جنتی تو باقی جنتی انہوں والوں کہیں گے یار وہ جڑے دوستگی نے انہوں نے ذرا بلا لو یار وہ دوستگیاں والے جانا وہ سن سن کے پریشان ہو جان گے وہ پریشان ہو جان گے کہ جی اسی چند چی بھی سانو پھر بھی دوستگی چاہتے ہیں پھر وہ کٹھے ہو کے عرض کریں گے یا اللہ ہاں جی وہ مور بھی ہوں مٹا دے جنت بھی دیتی ہو تو مور والی بھی رکھ چڑی ہو ہر کوئی گلا کرتا ہے پھر اللہ تعالیٰ وہ انہوں نے صدقے نال اس مور کو بھی مٹا دیں گے اور فرمایا سات لاکھ 70,000 اللہ کا ولی بغیر حساب جنت چ جائے گا اور فرمایا اس سب وہ بےآتی الفن 7,00,000 اللہ کا ولی بغیر حساب کتاب تو جنت چ جائے گا اذان کا پتہ نہیں لگتا پیا کٹیاں شروع ہو گئی نا ہوں یہ نہیں پتا لگتا پہ کہ اللہ اکبر کہڑا بولتا پیا ہے یہ ہے اللہ سلا کہڑا کرنا پیا اذان کا کوئی کٹھی نہیں بچے بیٹھ جا جنت کا بوا
ਸਰਕਾਰ ਨੇ ਫਰਮਾਇਆ ਮੈਂ ਖੜਕਾਵਾਂਗਾ ਤੇ ਖੁੱਲੇਗਾ। ਹਜ਼ੂਰ ਨੇ ਜਦੋਂ ਖੜਕਾਉਣਾ ਨਾ ਤੇ ਪੁੱਛਿਆ ਜਾਣਾ ਕਿ ਕੌਣ ਹੈ, ਆਪਣੇ ਫਰਮਾਇਆ ਮੁਹੰਮਦ। ਇਸ ਲਈ ਇਹਦੀ ਗੱਲ ਕਰਨੀ ਹੈ ਤੇ ਬੂਹਾ ਖੁੱਲਣਾ ਤੇ ਅੱਲਾਹ ਨੇ ਖੁਦ ਇਸਤਕਬਾਲ ਕਰਨਾ ਹਜ਼ੂਰ ਦਾ। ਅਤੇ ਸਰਕਾਰ ਫਰਮਾਉਂਦੇ ਨੇ ਜਦੋਂ ਮੇਰਾ ਅੱਲਾਹ ਨੇ ਇਸਤਕਬਾਲ ਕਰਨਾ ਮੈਂ ਅੱਲਾਹ ਦੇ ਪੈਰਾਂ 'ਚ ਡਿੱਗ ਜਾਣਾ। ਉਸੇ ਵਕਤ ਅੱਲਾਹ ਨੇ ਮੈਨੂੰ ਉਠਾਉਣਾ ਹੈ ਕਿ ਮੇਰਿਆ ਸੋਹਣਿਆ ਮਹਬੂਬਾ ਸਿਰ 'ਤੇ ਉਠਾਵਾ। ਹੈ ਮਤਲਬ ਸੌ ਪੈਸੇ ਦੀ ਕਦਮ ਜਿਨ ਤੂੰ ਰਾਜ਼ੀ ਹੁੰਦਾ ਮੈਂ ਰਾਜ਼ੀ ਹੈ ਸਿਰ 'ਤੇ ਉਠਾ। ਸਰਕਾਰ ਨੂੰ ਉਠਾਇਆ ਜਾਏਗਾ, ਕਿਆ ਕਿਆ ਉਹ ਮੰਜ਼ਰ ਹੋਏਗਾ ਜਦੋਂ ਸਰਕਾਰ ਆਪਣੇ ਅੱਲਾਹ ਦੇ ਕਦਮਾਂ 'ਚ ਆਉਣਗੇ ਅਤੇ ਅੱਲਾਹ ਉਠਾ ਰਿਹਾ ਹੋਏਗਾ। ਸੁਣਿਆ ਜਿਸ ਤਰ੍ਹਾਂ ਤੂੰ ਰਾਜ਼ੀ ਹੋਵੇਗਾ ਮੈਂ ਰਾਜ਼ੀ ਕਰਾਂਗਾ। ਯਾਰ ਅੱਲਾਹ ਫਿਰ ਇੱਧਰ ਵਾਲੇ ਵੀ ਨਹੀਂ ਫਰਮਾਇਆ ਇਹ ਵੀ ਬਖਸ਼ੇ, ਯਾਰ ਅੱਲਾਹ ਉੱਧਰ ਵੀ ਰਹਿ ਗਏ ਨੇ ਉਹ ਵੀ ਬਖਸ਼ੇ, ਯਾਰ ਅੱਲਾਹ ਉਹ ਪਿੱਛੇ ਵੀ ਰਹਿੰਦੇ ਪਏ ਨੇ। ਮੇਰਾ ਮਤਲਬ ਸਰਕਾਰ ਦਾ ਤਾਂ ਗੱਲ ਇਹ ਹੈ ਕਿ ਗੁਲਾਮਾਂ ਦਾ ਇਹ ਆਲਮ ਹੈ ਕਿ ਜਿਹੜੇ ਲੱਖਾਂ ਦੇ ਨਾਲ ਜਾਣੇ ਨੇ ਅਤੇ ਹਜ਼ੂਰ ਦੀ ਸ਼ਾਨ ਕੀ ਹੋਏਗੀ। ਇਸ਼ਾਰੇ ਹੀ ਹੋਣੇ ਨੇ ਜਿਵੇਂ ਚੰਦ ਟੁੱਟ ਜਾਂਦੇ ਸਨ ਇਸ਼ਾਰੇ ਨਾਲ, ਡੁੱਬੇ ਸੂਰਜ ਮੁੜ ਜਾਂਦੇ ਸਨ ਅਤੇ ਹਜ਼ੂਰ ਦੇ ਇਸ਼ਾਰੇ ਨਾਲ ਦੂਸਰੀ ਜਨਮ 'ਚ ਨਹੀਂ ਜਾ ਸਕਦੇ। ਅੱਲਾਹ ਤਾਲਾ ਆਪਣੇ ਸਾਲਿਹੀਨ ਦੀ ਸੰਗਤ ਔਰ ਸੋਹਬਤ, ਉੱਠ ਫਰੀਦਾ ਸੁੱਤਿਆ ਅਤੇ ਮੇਲਾ ਵਿਖੜ ਜਾ, ਜੇ ਕੋਈ ਬਖਸ਼ਿਆ ਮਿਲੇ ਤਾਂ ਤੂੰ ਵੀ ਬਖਸ਼ਿਆ ਜਾ। ਅਸੀਂ ਇਸ ਵਾਸਤੇ ਕਹੀ ਕਿ ਕੋਈ ਬਖਸ਼ੀ ਰੂਹ ਆ ਜੇ ਇੱਧਰ ਕੋਈ ਸਾਡੇ ਵੀ ਨਾਲ ਹੋ ਸਭ ਦੀ ਹਾਜ਼ਰੀ ਕਬੂਲ ਫਰਮਾਇਆ। ਔਰ ਅੱਜ ਉਹ ਜਿਹੜੇ ਲੋਕ ਉਲਮਾ ਔਰ ਨਾਥ ਖਾਨ ਸਭ ਨੇ ਆਪਣਾ ਆਪਣਾ ਇੱਕ ਪੇਸ਼ ਕੀਤਾ ਆਪਣੀ ਆਪਣੀ ਹੈਸੀਅਤ ਨਾਲ, ਅੱਲਾਹ ਤਾਲਾ ਖੈਰ ਕਰੇ। ਔਰ ਤੁਸੀਂ ਆਵਾਬ ਦੂਰ ਤੋਂ ਕਰੀਬ ਤੋਂ ਸਫ਼ਰ ਕਰਕੇ ਆਏ ਹੋ, ਬਸ ਇੱਦਾਂ ਹੀ ਹੈ, ਇਹਦੇ 'ਚ ਮਸਲੇ ਨਹੀਂ ਹੁੰਦੇ ਬਹੁਤੇ। ਇਹਦੇ 'ਚ ਕਦੀ ਕਦੀ ਹੁੰਦਾ ਮਸਲਾ, ਬਹੁਤਾ ਤੱਕਣਾ ਤਕਾਣਾ ਹੀ ਹੁੰਦਾ, ਠੀਕ ਹੈ ਨਾ। ਇਹ ਜਿਹੜਾ ਤੱਕਣ ਤਕਾਣਾ ਨਾ ਬਸ ਇੰਨਾ ਹੀ ਹੈ ਇਹਦਾ। ਇਹ ਤਾਂ ਮੈਨੂੰ ਤਾਂ ਐਵੇਂ ਬਿਠਾ ਛੱਡਿਆ, ਕਦੀ ਕੋਈ ਸ਼ੇਰ ਬਣਾਉਂਦੇ ਫਿਰਦੇ ਨੇ, ਕਦੀ ਮੇਰੇ ਕੋਲ ਕੁਰਾਨ ਸੁਣਦੇ ਨੇ, ਨਾ ਮੈਂ ਘਾਰੀ, ਨਾ ਮੈਂ ਨਾ ਦਿਖਾ, ਨਾ ਮੈਂ ਕੋਈ ਪਾਲਕ। ਹਾਂਜੀ, ਮੈਨੂੰ ਤਾਂ ਆਪਣੇ ਆਪ ਦਾ ਵੀ ਨਹੀਂ ਪਤਾ ਹੁੰਦਾ, ਬਾਅਦ ਵੇਲੇ ਨਾਲ ਵਾਲੇ ਨੂੰ ਪੁੱਛੀ ਦਾ ਮੇਰਾ ਨਾਮ ਦੱਸ ਕੀ ਹੈ, ਜਿਹੜਾ ਹਾਲ ਹੋ ਜਾਂਦਾ ਵੀ ਕੈਫੀਅਤ ਹੋ ਜਾਂਦੀ ਹੈ। ਅਤੇ ਮੈਂ ਉੱਥੋਂ ਕੀ ਦੱਸਣਾ ਦਸਾਉਣਾ ਬਈ ਤੁਹਾਨੂੰ, ਸਿਰਫ ਗੱਲ ਇੰਨੀ ਹੈ ਕਿ ਤੁਸੀਂ ਮੁਹੱਬਤ ਨਾਲ ਆਏ ਹੋ ਅਤੇ ਅੱਲਾਹ ਤਾਲਾ ਤੁਹਾਡੀਆਂ ਉਹ ਜਿਹੜੀਆਂ ਸਮਝੇ ਨਾ ਤੱਕਣਾ ਤਕਾਣਾ ਇੰਨਾ ਹੀ ਹੁੰਦਾ ਹੈ। ਮਸਲੇ ਤਾਂ ਥੋੜ੍ਹੇ ਸੁਣੇ ਨੇ ਪੂਰਾ ਮਾਂ ਦੇ ਕੋਲ, ਮਸਲੇ ਬੜੇ ਸੁਣੇ। ਉਹ ਜਿਹੜੀ ਅਰਬੀ ਨੇ ਹਦੀਸ ਪਾਕ ਸੁਣਾਈ ਹੈ ਨਾ ਮਰਤਬਾ ਇਹਸਾਨ ਦੀ, ਅੰਤਾ ਅਬਦੁੱਲਾਹ ਅੰਨਕਾ ਤਰਾਹ, ਅਤੇ ਜਦੋਂ ਜਿਬਰਾਇਲ ਅਲੈਹਿਸਲਾਮ ਨੇ ਸਵਾਲ ਕੀਤਾ ਯਾ ਰਸੂਲ ਅੱਲਾਹ ਈਮਾਨ ਕਿਆ ਹੈ, ਆਪਨੇ ਦੱਸਿਆ ਕਿ ਈਮਾਨ ਯਾਨੀ ਅੱਲਾਹ ਦੇ ਬਾਰੇ 'ਚ, ਨਬੀ ਪਾਕ ਦੇ ਬਾਰੇ 'ਚ, ਫਰਿਸ਼ਤਿਆਂ ਦੇ, ਜੰਨਤ ਈਮਾਨ, ਅਕੀਦਾ। ਦੂਸਰਾ ਸਵਾਲ ਕੀਤਾ ਯਾ ਰਸੂਲ ਅੱਲਾਹ ਇਸਲਾਮ ਕਿਆ ਹੈ, ਆਪਨੇ ਨਮਾਜ਼ ਰੋਜ਼ਾ ਹੱਜ ਜ਼ਕਾਤ ਪੰਜ ਰਕਾਤ ਦਾ ਦੱਸਿਆ। ਤੀਸਰਾ ਸਵਾਲ ਇੱਕ ਹੋਰ ਕਰ ਦਿੱਤਾ ਕਿ ਯਾ ਰਸੂਲ ਅੱਲਾਹ ਇਹਸਾਨ ਕਿਆ ਹੈ। ਸਰਕਾਰ ਫਰਮਾਉਂਦੇ ਜਿਬਰਾਇਲ ਈਮਾਨ ਵੀ ਹੋ ਗਿਆ ਅਤੇ ਨਮਾਜ਼ਾਂ ਵੀ ਹੋ ਗਈਆਂ ਨੇ, ਅਮਲ ਵੀ ਹੋ ਗਿਆ ਨੇ, ਅਤੇ ਤੀਸਰੇ ਸਵਾਲ ਦੀ ਲੋੜ ਹੀ ਕੋਈ ਨਹੀਂ। ਇਹ ਗੱਲ ਹਜ਼ੂਰ ਨੇ ਨਹੀਂ ਫਰਮਾਈ ਸੱਲੱਲਾਹੁ ਅਲੈਹਿ ਵਸੱਲਮ, ਸਰਕਾਰ ਨੇ ਉਹਦਾ ਜਵਾਬ ਦਿੱਤਾ ਅੰਤਾ ਅਬਦੁੱਲਾਹ ਅੰਨਕਾ ਤਰਾਹ, ਕਿ ਜਦ ਤੂੰ ਅੱਲਾਹ ਦੀ ਇਬਾਦਤ ਕਰੇ ਤੋ ਐਸੇ ਕਰ ਕਿ ਖੁਦਾ ਕੋ ਅੱਲਾਹ ਕੋ ਦੇਖ ਰਿਹਾ ਹੋ, ਉਸਕਾ ਦੀਦਾਰ ਕਰ ਰਿਹਾ ਹੋ। ਉਹ ਜਿਹੜੀ ਦੀਦਾਰ ਦੀ ਕੈਫੀਅਤ ਹੈ ਨਾ, ਦੀਦਾਰ ਕਰਨ ਦੀ ਸਲਾਹੀਅਤ ਪੈਦਾ ਕਰਨੀ ਹੈ। ਬਾਹਰੋਂ ਧੋਵੇ ਲੱਤਾਂ ਗੋਲੇ ਤੇਰੇ ਅੰਦਰ ਰਹੀ ਪਲੀਤੀ, ਉਹ ਜਿਹੜੀ ਅੰਦਰ ਵਾਲੀ ਪਲੀਤੀ ਹੈ ਨਾ ਉਹਨੂੰ ਸਾਫ਼ ਕਰਨਾ, ਅਤੇ ਫਿਰ ਜਾ ਕੇ ਉਹ ਜਿਹੜਾ ਇਹਨੂੰ ਮਰਤਬਾ ਇਹਸਾਨ ਕਹਿੰਦੇ ਨੇ। ਹਾਂਜੀ, ਇਹ ਫਿਰ ਬੰਦਾ ਆਹਿਸਤਾ ਆਹਿਸਤਾ ਮਿਹਨਤ ਕਰਕੇ ਨਿਗਾਹ ਦੇ ਨਾਲ ਉਹ ਦੀਦਾਰ ਦੀ ਮੰਜ਼ਿਲ ਤੱਕ ਪਹੁੰਚਦਾ। ਜਿਵੇਂ ਮੌਲਾ ਅਲੀ ਨੂੰ ਕਿਸੇ ਨੇ ਪੁੱਛਿਆ ਜੀ ਤੁਸੀਂ ਜਿਸ ਅੱਲਾਹ ਦੀ ਐਡੀ ਮੁਹੱਬਤ ਕਰਦੇ ਹੋ, ਜ਼ਿਕਰ ਕਰਦੇ ਹੋ, ਕਦੀ ਉਹਨੂੰ ਵੇਖਿਆ? ਆਪ ਨੇ ਫਰਮਾਇਆ ਮੈਂ ਸਜਦੇ 'ਚ ਜਾਂਦਾ ਹੀ ਨਹੀਂ ਜਿੰਨੀ ਦੇਰ ਤੱਕ ਉਹਨੂੰ ਵੇਖ ਲੈਣਾ। ਅਤੇ ਫਿਰ ਇੱਕ ਜੋ ਹੋ ਗਿਆ ਨਾ ਮੁਸ਼ਾਹਿਦਾ, ਅੰਤਾ ਅਬਦੁੱਲਾਹ ਨਾ ਕਤਰਾ, ਜਦ ਤੂੰ ਅੱਲਾਹ ਕੀ ਇਬਾਦਤ ਕਰੇ ਤੋ ਐਸੇ ਕਿ ਉਸਨੂੰ ਦੇਖ ਰਿਹਾ ਹੋ, ਅਤੇ ਜੇ ਤੂੰ ਨਹੀਂ ਦੇਖ ਸਕਦਾ ਫਰਮਾਇਆ ਫਇਨ ਲਮ ਤਕੁਨ ਤਰਾ ਫਇਨਹੁ ਯਰਾ, ਫਿਰ ਇਸ ਕੈਫੀਅਤ 'ਚ ਖੜਾ ਹੋ ਜਾ ਕਿ ਉਹ ਤਾਂ ਤੁਝੇ ਦੇਖ ਰਿਹਾ। ਤੁਸੀਂ ਕਦੀ ਦੇਖਿਆ ਜੇ ਕਿਤੇ ਕੋਈ ਮਾੜਾ ਬੰਦਾ ਲੰਘ ਰਿਹਾ ਹੋਵੇ ਅਤੇ ਚੌਧਰੀ ਕੋਈ 15-20 ਬੈਠੇ ਹੋਣ
ਤੂੰ ਮਾੜਾ ਵਿਚਾਰਾ ਗਰੀਬ ਉੱਥੋਂ ਦੀ ਲੰਘਦਾ ਹੈਗਾ, ਪੈਰ ਕਿਤੇ ਰੱਖੇਗਾ, ਪੈਂਦਾ ਕਿਤੇ ਜਾਏਗਾ ਕਿ ਸਾਰੇ ਮੇਰੇ ਵੱਲ ਹੀ ਵੇਖਦੇ ਪਏ ਨੇ? ਹੋਏ ਹੁੰਦਾ ਨਾ ਇਸ ਤਰ੍ਹਾਂ, ਬਾਹਰ ਜਗ੍ਹਾ 'ਤੇ ਉੱਥੇ ਬੰਦਾ ਉਹ ਚੱਲਦਾ, ਉਹਦਾ ਧਿਆਨ ਜਿਹੜਾ ਨਾ ਉਹਨਾਂ ਵੱਲ ਗਿਆ ਹੁੰਦਾ, ਅਤੇ ਉਹ ਹੈ ਕਿ ਅਗਰ ਤੂੰ ਨਹੀਂ ਵੇਖ ਸਕਦਾ ਤਾਂ ਇਸ ਖਿਆਲ ਨਾਲ ਹੀ ਖਲੋ ਕੇ ਉਹ ਤਾਂ ਮੈਨੂੰ ਵੇਖਦਾ ਪਿਆ ਨਾ, ਉਹ ਮੁਸ਼ਾਹਿਦਾ ਹੈ ਦੀਦਾਰ ਦਾ, ਇਹਨੂੰ ਮੁਰਾਕਬਾ ਕਿਹਾ ਜਾਂਦਾ ਕਿ ਮੁਰਾਕ ਵਿੱਚ ਇਸ ਅੰਦਾਜ਼ ਨਾਲ ਯਾਨੀ ਇਹਦੇ ਵਾਸਤੇ ਹੀ ਹੈ ਕਿ ਖੁਦਾ ਤਾਂ ਵੇਖ ਰਿਹਾ ਤੈਨੂੰ, ਅਤੇ ਫਿਰ ਜਦੋਂ ਤੂੰ ਇਸ ਕਫੀਅਤ ਨਾਲ ਬੈਠਾ ਰਹੇਗਾ ਤਾਂ ਫਿਰ ਇਨਸ਼ਾਅੱਲਾ ਉਹ ਵੀ ਮੰਜ਼ਲ ਆ ਜਾਏਗੀ ਜਲਦੀ ਕਿ ਤੂੰ ਵੀ ਦੀਦਾਰੇ ਖੁਦਾ ਤੱਕ ਪਹੁੰਚ ਜਾਏਗਾ। ਔਰ ਸਰਕਾਰ ਨੇ ਫਰਮਾਇਆ ਖਿਆਰੁਕੁਮ ਅਲਜ਼ੀਨਾ ਇਜ਼ਾ ਰਊ ਜ਼ਿਕਰੁਲਲਾਹ, ਸਹਾਬਾ ਮੈਂ ਤੁਹਾਨੂੰ ਆਪਣੀ ਉਮਤ ਕੇ ਬਿਹਤਰੀਨ ਲੋਕੋ ਕਾ ਬਤਾਊਂ, ਅਰਜ਼ ਕੀ ਜੀ ਯਾ ਰਸੂਲ ਅੱਲਾਹ, ਫਰਮਾਇਆ ਜਿਨਕੇ ਚਿਹਰੇ ਕੋ ਦੇਖਨੇ ਸੇ ਖੁਦਾ ਯਾਦ ਆ। ਹੁਣ ਰੱਬ ਜੇ ਬੇਸੂਰਤ ਹੈ ਨਾ, ਲੇਕਿਨ ਇਹਦਾ ਮਤਲਬ ਉਹਨੇ ਸੂਰਤਾਂ ਵਿੱਚ ਜਲਵੇ ਤੇ ਰੱਖੇ ਨੇ ਨਾ, ਹਾਂਜੀ ਉਹ ਜਲਵੇ ਕਹਿੰਦੇ ਤੇ ਪਾਟਾ ਗੁਲਾਮ ਫਰੀਦ ਨੇ ਕੋਟ ਮਿੱਠਣ ਵਾਲੇ, ਇਹ ਮਦੀਨੇ ਸ਼ਰੀਫ ਗਏ ਤੇ ਹੱਜ ਕਰਕੇ ਆਏ ਤੇ ਲੋਕਾਂ ਨੇ ਪੁੱਛਿਆ ਕਿ ਸਾਈਂ ਤੁਸੀਂ ਗਏ ਹੋ ਸਾਈਂ ਉਹ ਮਦੀਨਾ ਸ਼ਰੀਫ ਤੇ ਕੀ ਵਜ੍ਹਾ ਲੱਗਾ ਸਾਈਂ ਕਿਵੇਂ ਦਾ? ਪੁੱਛਣ ਵਾਲਿਆਂ ਨੇ ਪੁੱਛਿਆ ਤੇ ਖਵਾਜਾ ਗੁਲਾਮ ਫਰੀਦ ਫਰਮਾਉਂਦੇ ਨੇ ਆਪਣਾ ਮੁਰਸ਼ਿਦ ਹੈ ਨਾ ਜਿਹੜਾ ਮੁਰਸ਼ਿਦ ਖਾਨਾ ਊਂ ਜ਼ਿਆਦਾ ਨਾਂ ਹੈ ਚਾਚੜ ਸ਼ਰੀਫ, ਚਾਚੜ ਸ਼ਰੀਫ ਪੁੱਛਣ ਵਾਲੇ ਨੇ ਜੇ ਮੇਰੇ ਪੁੱਛਿਆ ਨਾ ਸਰਕਾਰ ਕੀ ਹੋ ਜਾ ਲੱਗਿਆ, ਫਰਮਾਇਆ ਮੇਰੇ ਤਾਂ ਚਾਚੜ ਸ਼ਰੀਫ ਹੀ ਲੱਗਿਆ। ਹੈ ਕਿਤੇ ਗੌਰ ਕੀਤਾ ਕਿ ਇਸ ਗੱਲ ਉੱਤੇ? ਮਦੀਨੇ ਸ਼ਰੀਫ ਨੂੰ ਕਹਿੰਦੇ ਪਏ ਨੇ ਮੇਰੇ ਤਾਂ ਚਾਚੜ ਸ਼ਰੀਫ ਵਰਗਾ ਹੀ ਲੱਗਿਆ, ਇਹ ਕਿਉਂ ਹੈ? ਉਹਦੀ ਵਜ੍ਹਾ ਹੈ ਕਿ ਜਿਹੜਾ ਸਰਕਾਰ ਨੇ ਬੂਹਾ ਬੁਲਾਇਆ ਤਾਂ ਦੱਸਿਆ ਨਾ, ਜਿੰਨੀ ਦੇਰ ਤੱਕ ਉੱਥੇ ਨਹੀਂ ਜਾਏਗਾ ਡਾਇਰੈਕਟ ਅੱਲਾਹ ਵੱਲ ਵੀ ਨਹੀਂ ਪਹੁੰਚ ਸਕਦਾ ਨਾ ਅੱਲਾਹ ਦੇ ਰਸੂਲ ਵੱਲ ਪਹੁੰਚ ਸਕਦਾ। ਅਤੇ ਇਹ ਸਾਲਹੀਨ ਨੇ ਇੱਕ ਸਬਕ ਦਿੱਤਾ, ਆਪ ਹਜ਼ੂਰ ਕਿਬਲਾ ਆਲਮ ਰਹਿਮਤੁੱਲਾਹ ਅਲੈਹ ਜਦੋਂ ਹੱਜ ਵਾਸਤੇ ਗਏ ਆਪ ਨੇ ਇਤਨਾ ਅਦਬ ਕੀਤਾ ਕਿ ਮੱਕੇ ਸ਼ਰੀਫ ਪਿਸ਼ਾਬ ਨਹੀਂ ਕੀਤਾ, ਰਫਾ ਹਜਰਤ ਲਈ ਗਏ ਨਹੀਂ। ਸਰਜ਼ਮੀਨ ਮੱਕਾ ਔਰ ਸਰਜ਼ਮੀਨ ਮਦੀਨਾ ਮੁਨੱਵਰਾ ਇਹ ਕੋਈ ਮਸਲਾ ਲਿਖਿਆ ਕਿਤਾਬਾਂ ਦੇ ਵਿੱਚ? ਇਹ ਲਿਖਿਆ ਕਿਤੇ ਕਿ ਉੱਥੇ ਨਹੀਂ ਇਸਲਾਮ? ਹਰ ਬੰਦਾ ਹਰ ਦੀ ਜ਼ਰੂਰਤ ਹੈ, ਲੇਕਿਨ ਬਸ ਦਿਲ ਦੇ ਵਿੱਚ ਇੱਕ ਇਤਿਹਾਸ ਸੀ, ਅਦਬ ਦਾ ਇੱਕ ਜਜ਼ਬਾ ਸੀ, ਅਤੇ ਅੱਲਾਹ ਨੇ ਕਿਤਨਾ ਬੜਾ ਮੁਕਾਮ ਅਤਾ ਫਰਮਾਇਆ, ਕਿੰਨੀ ਸ਼ਾਨ ਦਿੱਤੀ ਆ ਕਿ ਹਜ਼ੂਰ ਹਾਫਿਜ਼ ਜੀ ਸਰਕਾਰ ਰਹਿਮਤੁੱਲਾਹ ਅਲੈਹ ਅਤੇ ਚੁੱਕਿ ਇੱਕ ਸ਼ੁਰੂ ਤੋਂ ਹੀ ਆਪਣੇ ਇੱਕ ਬਾਪ ਨਹੀਂ, ਯਾਨੀ ਜਿਸ ਤਰ੍ਹਾਂ ਲੋਕ ਵਾਲਦੈਨ ਨਾਲ ਇਸ ਤਰ੍ਹਾਂ ਦਾ ਅਦਬ ਨਹੀਂ ਕਰਦੇ, ਥੋੜ੍ਹਾ ਜਿਹਾ ਹੁੰਦਾ, ਲੇਕਿਨ ਉਹ ਆਪਣੇ ਨਾਲ ਬਾਪ ਦੇ ਨਾਲ ਇਸ ਤਰ੍ਹਾਂ ਹੀ ਰਹੇ ਨੇ ਕਿ ਜਿਸ ਤਰ੍ਹਾਂ ਵਾਕਈ ਮੁਰਸ਼ਿਦ ਦੇ ਨਾਲ ਬੰਦਾ ਯਾਨੀ ਅਦਬ ਦਾ। ਮੈਂ ਖੁਦ ਦੇਖਦਾ ਰਿਹਾ ਬਾਸ ਚੀਜ਼ਾਂ ਨੂੰ ਕਿ ਅਦਬ ਬੜਾ ਸੀ ਅਤੇ ਸ਼ਾਨ ਇਹ ਸੀ ਪੁਰਾਣੇ ਪਾਕ 'ਤੇ ਜਿਹੜਾ ਪੜ੍ਹਨਾ ਅਤੇ ਸਾਰੇ ਜਹਾਨ ਨੂੰ ਪਤਾ ਭਾਈ ਹਸਨ ਮੁਹੰਮਦ ਅੱਲਾਹ ਤਾਲਾ ਉਹਦੀ ਰਹਿਮਤ ਫਰਮਾਏ ਬਖਸ਼ਿਸ਼ ਫਰਮਾਏ, ਬੜੇ ਪਿੰਡ ਤੋਂ ਉਹ ਖਿਦਮਤ ਕਰਦੇ ਰਹੇ ਨੇ। ਮੈਂ ਉਹਦੇ ਜਨਾਜ਼ੇ 'ਤੇ ਗਿਆ ਅਤੇ ਮੈਨੂੰ ਇੰਝ ਲੱਗਿਆ ਜਿਵੇਂ ਹੁਣੇ ਉੱਠਣ ਲੱਗਿਆ, ਯਾਨੀ ਬਿਲਕੁਲ ਹੀ ਉਹ ਸੁੱਤਾ ਨਜ਼ਰ ਆ ਰਿਹਾ ਸੀ ਮੈਨੂੰ। ਉਹਦੀ ਵਜ੍ਹਾ ਕੀ ਹੈ ਕਿ ਜਦੋਂ ਹਾਫਿਜ਼ ਜੀ ਸਰਕਾਰ ਕੁਰਾਨ ਪੜ੍ਹਦੇ ਹੁੰਦੇ ਸੀ ਨਾ ਤਾਂ ਉਹ ਦਬਾਉਂਦਾ ਰਹਿੰਦਾ ਸੀ, ਰਾਤ ਪੂਰੀ ਵੀ ਦਬਾਉਂਦਾ ਰਹਿੰਦਾ ਸੀ ਅਤੇ ਦਿਨ ਵੀ ਪੂਰਾ ਕੁਰਾਨ ਸੁਣੀ ਜਾਂਦਾ ਸੀ। ਉਹਦੀ ਬਰਕਤ ਇਤਨੀ ਹੈ ਕਿ ਉਹ ਮੈਨੂੰ ਉਹਨਾਂ ਨੇ ਗੱਲ ਸੁਣਾਈ, ਕਹਿਣ ਲੱਗਿਆ ਕਿ ਇੱਕ ਸ਼ਖਸ ਬਹਾਵਲਪੁਰ ਤੋਂ ਆਇਆ, ਬਹਾਵਲਪੁਰ ਤੋਂ ਆਇਆ ਇੱਥੇ, ਉਹਨੂੰ ਪੁੱਛਿਆ ਕਿ ਤੂੰ ਕਿੱਥੋਂ ਆਇਆ? ਉਹਨੇ ਕਿਹਾ ਜੀ ਮੈਂ ਬਹਾਵਲਪੁਰ ਤੋਂ ਆਇਆ, 50 ਸਾਲ ਪਹਿਲੇ ਦੀ ਗੱਲ। ਉਹਨੇ ਕਿਹਾ ਜੀ ਮੇਰਾ ਬੱਚਾ ਉਸਦੇ ਇਲਾਜ ਵਾਸਤੇ ਨੇ ਡਾਕਟਰਾਂ ਨੇ ਆਖਿਆ ਕਿ 18,000 ਰੁਪਈਆ ਲਿਆ ਅਤੇ ਮੈਂ ਜਿਹੜੀ 3 ਬੱਕਰੀਆਂ ਰੱਖੀਆਂ ਨੇ, ਮੈਂ ਬਾਹਰ ਰੋਂਦਾ ਪਿਆ ਸਾਂ ਹਸਪਤਾਲ ਨਹੀਂ ਉਹਦੇ ਬਾਹਰ, ਅਤੇ ਕਿਸੇ ਬੰਦੇ ਨੇ ਆਖਿਆ ਜਿਹੜਾ ਉਹ ਸ਼ਕਰਗੜ੍ਹ ਦਾ ਸੀ ਜਾਂ ਲਹਿਰਵਾਲ ਦਾ ਸੀ, ਉਹਨੇ ਆਖਿਆ ਤੂੰ ਬਾਲਕਨ ਚਲਾ ਜਾ, ਪੀਰ ਇਰਸ਼ਾਦ ਹੁਸੈਨ ਸ਼ਾਹ ਨੇ ਉਹਦਾ ਪੁੱਛ ਲਵੀ ਜਿਹੜੀ ਗੱਲ ਬਣਦੀ ਸੀ, ਨਾ ਵੀ ਨਾ ਕੋਈ ਪੈਸੇ ਲੱਗੇ ਅਤੇ ਦੁਆ ਕਰ ਦੇਣਗੇ ਅਤੇ ਤੇਰਾ ਕੰਮ ਉਹ ਜੀ ਬਣ ਜਾਣਾ। ਉਹ ਜਿਸ ਵਕਤ ਇੱਥੇ ਆਇਆ ਆ ਕੇ ਅਤੇ ਉਹ ਭਾਈ ਹਸਨ ਮੁਹੰਮਦ ਸਾਹਿਬ ਸਨ, ਉਹਨਾਂ ਨਾਲ ਗੱਲ ਕੀਤੀ ਅਤੇ ਭਾਈ ਹਸਨ ਕਹਿੰਦੇ ਨੇ ਕਿ ਤੁਸੀਂ ਕੀ ਕੰਮ ਹੈ, ਕੀ ਗੱਲ ਹੈ? ਉਹਨਾਂ ਕਿਹਾ ਜੀ ਮੈਂ ਉਹਨਾਂ ਨਾਲ ਹੀ ਕਰ ਰਹੀ ਹਾਂ ਬਜ਼ੁਰਗਾਂ ਨਾਲ। ਅੱਛਾ, ਪੀਰਾਂ ਨੂੰ ਅਰਜ਼ ਕੀਤਾ ਅਤੇ ਪੀਰਾਂ ਨੇ ਫਰਮਾਇਆ ਕਿ ਇਹਨੂੰ ਰੋਟੀ ਖਿਲਾਓ। ਫਰਮਾਇਆ ਹਾਂ ਬਈ ਕੀ ਗੱਲ ਹੈ? ਉਹਨੇ ਕਿਹਾ ਜੀ ਮੈਨੂੰ ਇਸ ਤਰ੍ਹਾਂ ਹੈ 18,000 ਮੈਂ ਤਾਂ 3 ਬੱਕਰੀਆਂ ਰੱਖੀਆਂ ਨੇ ਅਤੇ ਮੈਂ ਤਾਂ ਕਿਰਾਇਆ ਵੀ ਉਧਾਰ ਹੀ ਫੜ ਗਿਆ ਹਾਂ ਅਤੇ ਗਰੀਬੀ ਬੜੀ ਹੈ ਜੀ ਅਤੇ ਮੈਂ ਰੋਂਦਾ ਪਿਆ ਸਾਂ ਅਤੇ ਮੈਨੂੰ ਤੁਹਾਡਾ ਦੱਸਿਆ ਕਿ ਉੱਥੇ ਚਲਾ ਜਾ, ਕੋਈ ਦੁਆ ਕਰ ਛੱਡੋ ਜਾਂ ਜੇ ਕੋਈ ਹਿਸਾਬ ਹੁੰਦਾ ਤਾਂ।
ਉਹਦੀ ਗੱਲ ਸੁਣ ਕੇ ਨਾ ਹਜ਼ੂਰ ਆਫਤ ਸਰਕਾਰ ਰਹਿਮਤ ਉੱਲਾ ਅਲੈਹ ਨੇ ਭਾਈ ਹਸਨ ਮੁਹੰਮਦ ਨੂੰ ਕਿਹਾ ਕਿ ਤੇਰੇ ਕੋਲ ਕਿੰਨੇ ਪੈਸੇ ਨੇ ਮੇਰੇ ਜਮ੍ਹਾਂ ਬਾਈ? ਉਹਨੇ ਕਿਹਾ ਜੀ 600 ਰੁਪਈਆ। ਇਹਨਾਂ ਨੇ ਕਿਹਾ 600 ਨਾਲ ਤਾਂ ਨਹੀਂ ਫਿਰ ਕੰਮ ਹੋ ਸਕਦਾ। ਇੰਨੀ ਗੱਲ ਕਰਕੇ ਨਾ ਤੇ ਮੂੰਹ ਕਿਬਲੇ ਵੱਲ ਨੂੰ ਕਰਕੇ ਮੁੜ ਗਏ ਬੈਠੇ ਬੈਠੇ ਆਈ। ਮੁਰਾਕਬਾ ਕੋਈ 15 ਮਿੰਟ ਕੀਤਾ ਹੋਣਾ, ਉਸ ਤੋਂ ਬਾਅਦ ਸਿਰ ਉਠਾ ਲਿਆ, ਫਿਰ ਮੂੰਹ ਅੰਦਰ ਨੂੰ ਕਰ ਲਿਆ ਮਸ਼ਰਕ ਦੀ ਤਰਫ। ਇੱਕ ਆਦਮੀ ਆਇਆ, ਉਹ ਭਾਈ ਉਹਦਾ ਨਾਂ ਭਾਈ ਬਸ਼ੀਰ ਹੈ ਸੰਗੜਿਆਲ ਦਾ। ਉਹਨੇ ਲਿਫਾਫਾ ਵਿੱਚ ਕੋਈ ਨਜ਼ਰਾਨਾ ਸੀ ਉਹ ਭੇਟ ਕੇ ਨਾ ਤੂੰ ਪੇਸ਼ ਕੀਤਾ ਅਤੇ ਪੀਰਾਂ ਨੇ ਫਰਮਾਇਆ ਤੂੰ ਤਕਲੀਫ ਕੀਤੀ ਹੈ। ਉਹਨਾਂ ਕਿ ਜਨਾਬ ਕਬੂਲ ਫਰਮਾਓ ਜੀ। ਅੱਛਾ ਕਬੂਲ ਕੀਤੇ, ਉਹਦੇ ਵਾਸਤੇ ਦੁਆ ਕਰ ਦਿੱਤੀ ਅਤੇ ਲਿਫਾਫਾ ਹੱਥ 'ਚ ਇੰਝ ਸੀ। ਦੁਆ ਤੋਂ ਬਾਅਦ ਫਰਮਾਇਆ ਕਿ ਉਹ ਭਾਈ ਕਿੱਥੇ ਆ ਬਾਵਲਪੁਰ ਵਾਲਾ, ਤੂੰ ਖੜਾ ਹੋ ਗਿਆ ਕੋਲ ਹੀ ਸੀ। ਕਹਿੰਦੇ ਜੀ ਮੈਂ, ਕਹਿੰਦੇ ਆ ਲੈ ਯਾਰ ਫਿਰ ਫੜ ਉਹ ਲਿਫਾਫਾ ਲਾ ਦਿੱਤਾ। ਉਹ ਬੰਦਾ ਚਲਾ ਗਿਆ, ਮਹੀਨੇ ਬਾਅਦ ਡੇਢ ਬਾਅਦ ਉਹ ਬੱਚਾ ਉਠਾਇਆ ਅਤੇ ਫਿਰ ਇੱਥੇ ਆਇਆ ਅਤੇ ਪੀੜਾਂ ਨੂੰ ਉਹ 2000 ਰੁਪਈਆ ਪੇਸ਼ ਕਰ ਰਿਹਾ ਸੀ ਨਜ਼ਰ ਦਾ ਨਾ। ਵੀ ਕਹਿੰਦੇ ਤੇਰਾ ਬੱਚਾ ਹੁਣ ਠੀਕ ਹੈ? ਹਾਂਜੀ। ਕਹਿੰਦੇ ਕਿ ਮੈਂ ਲੈ ਕੇ ਆਇਆ ਅਤੇ ਇਹ 2000 ਜੀ ਪੀੜਾਂ ਨੇ ਕਿ ਇੱਕਿਆ 2000 ਹੈ। ਉਹਨੇ ਕਿਹਾ ਜੀ ਜਿਹੜੇ ਤੁਸੀਂ ਪੈਸੇ ਮੈਨੂੰ ਲਿਫਾਫੇ ਦਿੱਤੇ ਸੀ ਨਾ ਉਹ 20,000 ਸੀ, ਉਹ 18,000 ਨਾਲ ਮੇਰਾ ਕੰਮ ਬਣ ਗਿਆ ਆਪਰੇਸ਼ਨ ਦਾ। ਇਹ 2000 ਬੱਚੇ ਸੀ ਅਤੇ ਮੈਂ ਇਹਨੂੰ ਸੰਭਾਲ ਕੇ ਰੱਖਿਆ ਸੀ ਕਿ ਮੈਂ ਪੇਸ਼ ਕਰਕੇ ਆਵਾਂ। ਅਤੇ ਪੀਰਾਂ ਨੇ ਫਰਮਾਇਆ ਇਹ ਵੀ 2000 ਤੇਰਾ ਹੀ ਹੈ। ਗੱਲ ਇਹ ਹੈ ਕਿ ਸਾਲਹੀਨ ਦੀ ਗੱਲਾਂ ਕਰਨੀਆਂ, ਸਾਲਹੀਨ ਦੀ ਗੁਫ਼ਤਗੂ ਕਰਨੀ। ਅਤੇ ਫਿਰ ਗੱਲ ਭਾਈ ਹਸਨ ਮੁਹੰਮਦ ਨੇ ਸੁਣਾਈ, ਕਹਿਣ ਲੱਗੇ ਕਿ ਮੈਂ ਡੂੰਗੜੇ ਪਿੰਡ ਹੈ ਸਾਡੇ ਪਿੰਡਾਂ ਵੱਲ, ਅਤੇ ਪੀਰ ਉੱਥੋਂ ਰਾਤ ਦੇ ਕੋਈ 1:30 ਦਾ ਟਾਈਮ ਹੈ, ਲੋਕਾਂ ਨੇ ਮਿਲਦਿਆਂ ਦੁਆਵਾਂ ਮੁਕਾਉਂਦਿਆਂ ਕਰਾਉਂਦਿਆਂ ਰਾਤ 1:30 ਵੱਜ ਗਿਆ ਅਤੇ ਪਿੰਡੀ ਸੜਕ ਵਾਲੀ ਜਿਹੜੀ ਆ ਉੱਥੇ ਪੀਰ ਆਏ ਅਤੇ ਫਰਮਾਨ ਲੱਗੇ, ਕਹਿਣ ਲੱਗੇ ਜੀ ਚਾਂਗਾ ਜੋ ਲੈਂਦੇ ਹਾਂ ਰਾਤ 1 ਵਜੇ। ਕਹਿੰਦੇ ਨਹੀਂ ਨਹੀਂ ਠੰਡ ਬੜੀ ਹੈ ਅਤੇ ਜਾਨਵਰ ਨੂੰ ਕਿੱਥੇ ਕਰਦੇ ਹਾਂ ਇਸੇ ਤਰ੍ਹਾਂ। ਉੱਥੋਂ ਕਾਫੀ ਸਫ਼ਰ ਹੈ ਸੁਪਨ ਵਾਲ ਦਾ, ਸੁਪਨ ਵਾਲ ਜਨਾਬ ਪਹੁੰਚ ਗਏ ਅਤੇ ਪੀਰ ਫਰਮਾਨਦਾ ਨੇ ਹਸਨ ਹੁਣ ਮਾਲਕ ਖੜੇ ਗਏ ਇੱਥੋਂ ਤੂੰ ਹੁਣ ਨਹੀਂ ਜਾਣਾ, ਟੁਰ ਕੇ ਨਹੀਂ ਜਾਣਾ, ਮਾਲਕ ਖੜੇ ਗਏ ਤਾਂ ਫਿਰ ਜਾਵਾਂਗੇ। ਉਹ ਚਾਦਰ ਵਿਛਾਤੀ ਉੱਥੇ ਬੈਠ ਗਏ, ਸਰਦੀ ਬੜੀ। ਕਹਿੰਦੇ ਉਹ ਲਾਈਟ ਨਜ਼ਰ ਆਈ, ਲਾਈਟ ਤੋਂ ਬਾਅਦ ਫਿਰ ਕੋਈ ਥੋੜ੍ਹਾ ਬਹੁਤ ਕੋਈ ਹਰਕਤ, ਇੱਕ ਟਰੈਕਟਰ ਆ ਗਿਆ, ਕੋਈ ਨਵਾਂ ਸੀ ਉਸ ਜ਼ਮਾਨੇ 'ਚ ਨਵਾਂ ਕਿਸੇ ਨੇ ਲਿਆ, ਉਹਨੇ ਬ੍ਰੇਕ ਲਾਈ, ਲਾਈਟ ਪਈ ਅਤੇ ਉਹਨੇ ਕਿਹਾ ਕਿ ਜਨਾਬ ਆ ਬੰਦੇ ਨੇ ਅਤੇ ਜਿੱਥੇ ਜਾਣਾ ਮੈਂ ਮਤਲਬ ਕੱਢਣ ਲਈ। ਭਾਈ ਅਸਲ ਉਹਨਾਂ ਦੱਸਦੇ ਨੇ ਇੱਕ ਨਵਾਂ ਟਾਂਗਾ, ਬੜਾ ਖੂਬਸੂਰਤ ਘੋੜਾ ਔਰ ਨਵਾਂ ਟਾਂਗਾ, ਉਹ ਵੀ ਖੜਾ ਹੋ ਗਿਆ ਆ ਕੇ। ਕਹਿੰਦਾ ਉੱਥੇ ਬੜੇ ਨੂਰਾਨੀ ਚਿਹਰੇ ਵਾਲੇ ਬਜ਼ੁਰਗ ਸਨ, ਉਹਨਾਂ ਨਾਲ ਮੁਲਾਕਾਤ ਹੋਈ, ਟਾਂਗਾ ਖੜਾ ਰਿਹਾ ਅਤੇ ਪੀਰ ਫਰਮਾਨ ਲੱਗੇ ਕਿ ਟਾਂਗੇ 'ਤੇ ਨਹੀਂ ਜਾਣਾ ਅਸੀਂ, ਅਸੀਂ ਇਹਦੇ 'ਤੇ ਬਹਿ ਜਾਂਗੇ ਟਰੈਕਟਰ 'ਤੇ ਨਾ, ਅਤੇ ਉਹ ਟਰੈਕਟਰ 'ਤੇ ਬੈਠ ਗਏ। ਭਾਈ ਹਸਨ ਦੱਸਦਾ ਕਿ ਇੱਕ ਕਨਾਲ ਤੱਕ ਟਾਂਗਾ ਨਜ਼ਰ ਆਇਆ, ਬਾਅਦ 'ਚ ਨਜ਼ਰ ਨਹੀਂ ਆਇਆ ਟਾਂਗਾ, ਨਾ ਘੋੜਾ ਨਜ਼ਰ ਆਇਆ ਨਾ ਟਾਂਗਾ। ਮੈਂ ਉਹ ਜ਼ਫਰਵਾਲ ਚਲੇ ਗਏ, ਉੱਥੇ ਜਦੋਂ ਆਰਾਮ ਕੀਤਾ ਅਤੇ ਮੈਂ ਦਬਾ ਰਿਹਾ ਅਤੇ ਮੈਂ ਕਿਹਾ ਜਨਾਬ ਉਹ ਇੱਕ ਗੱਲ ਮੈਨੂੰ ਦੱਸੋ, ਜਿਹੜਾ ਟਾਂਗੇ ਵਾਲਾ ਸੀ ਉਹ ਕੌਣ ਸੀ? ਨੌਜਵਾਨ ਤਾਂ ਨਹੀਂ ਸੀ ਲੱਗਦਾ, ਉਹ ਤਾਂ ਬੜੇ ਦੁਰਾਨੀ ਚਿਹਰੇ ਵਾਲੇ ਸੀ। ਕਹਿੰਦੇ ਗੱਲਾਂ ਨਹੀਂ ਕਰੀ ਦੀਆਂ, ਆਪਣਾ ਕੰਮ ਕਰੀ ਜਾਂ ਚੁੱਪ ਕਰ, ਸਾਰਾ ਕੁਛ ਤੁਹਾਨੂੰ ਦੱਸਣ ਵਾਲਾ ਨਹੀਂ ਹੁੰਦਾ, ਕੋਈ ਨਹੀਂ ਦੱਸਣ ਵਾਲਾ। ਕਹਿੰਦੇ ਜੀ ਫਿਰ ਰਹਿਣ, ਫਿਰ ਰਹਿਣ ਦਿੰਦਾ ਜੀ, ਮੈਂ ਵੀ ਚੱਲ ਜਾਂਦਾ, ਮੈਨੂੰ ਜਾਣਾ ਕਿੱਥੇ ਤੂੰ ਘੁੱਟ ਆਰਾਮ ਨਾਲ, ਮੈਂ ਘੁੱਟ ਮੇਰੇ ਦਰਦ ਹੋ ਰਹੀ ਆ। ਦੁਪਹਿਰ ਘੁੱਟਦਿਆਂ ਘੁੱਟਦਿਆਂ ਕਿਹਾ ਲੱਗਿਆ ਫਿਰ ਗੱਲ ਸੁਣ, ਮੇਰੀ ਜ਼ਿੰਦਗੀ 'ਚ ਨਹੀਂ ਗੱਲ ਕਰਨੀ, ਹਾਲਾਂ ਐਸੀ ਗੱਲ ਕਦੀ ਪੀਰਾਂ ਨੇ ਨਹੀਂ ਫਰਮਾਈ ਹੁੰਦੀ, ਲੇਕਿਨ ਇਸ ਗੱਲ ਨੂੰ ਫਰਮਾਇਆ ਕਿ ਮੇਰੀ ਜ਼ਿੰਦਗੀ 'ਚ ਨਹੀਂ ਗੱਲ ਕਰਨੀ, ਬਾਅਦ ਭਾਵੇਂ ਕਰ ਲਵੇ। ਕਹਿਣ ਲੱਗੇ ਕਿ ਉਹ ਜਿਹੜੇ ਟਾਂਗੇ ਵਾਲੇ ਬਜ਼ੁਰਗ ਸੀ ਨਾ ਜਿਹਨਾਂ ਵੱਲੋਂ ਕਰਨਾ ਪਿਆ, ਉਹ ਮੁਲਤਾਨ ਦੇ ਕੁਤਬ ਸ਼ਾਹ ਆਏ। ਜਦੋਂ ਅਸੀਂ ਇਸ ਮਾਲਕ ਨੇ ਕਹਿ ਦਿੱਤਾ ਕਿ ਹੁਣ ਅਸੀਂ ਇਹ ਨਹੀਂ ਜਾਣਾ, ਉਹ ਮਾਲਕ ਖੜੇਗਾ ਤੇ ਕਿਉਂਕਿ ਮਾਦੀਅਤ ਦਾ ਗਲਬਾ ਹੋ ਗਿਆ, ਰੂਹਾਨੀਅਤ ਪਿੱਛੇ ਚਲੀ ਗਈ, ਹਰ ਇੱਕ ਨੂੰ ਆਪੋ ਆਪਣੇ ਪੈ ਗਈ, ਇਹ ਬਣਾ ਲਓ ਇਹ ਕਰ ਲਓ ਫਲਾਂ। ਬੰਦੇ ਦੀ ਔਸਤਨ ਉਮਰ 55 ਸਾਲ ਹੈ,
ਪਹਿਲੇ 10-15 ਉਹਦੇ ਖੇਲਦਿਆਂ ਗੁਜ਼ਰਦੇ ਨੇ, ਬਾਕੀ ਜਿਹੜੇ 40-45 ਵੱਜਦੇ ਨੇ ਉਹ ਅੱਧੀ ਤੁਹਾਡੀ ਸੁੱਤਿਆਂ ਲੰਘ ਜਾਣੀ ਹੈ, ਅੱਧੀ ਜਿਹੜੀ ਹੈ ਤੁਹਾਡੀ ਉਹ ਖਾਣ ਵਿੱਚ, ਕਮਾਉਣ ਵਿੱਚ, ਲਾਉਣ ਵਿੱਚ ਪਾਉਣ। ਫੈਕਟਰੀ ਵੀ ਲੱਗ ਗਈ, ਮੁਰੱਬੇ ਵੀ ਬਣ ਗਏ, ਅਤੇ ਜਦੋਂ ਲੱਤ ਲੱਤ ਰੱਖੀ ਹੁੰਦੀ ਚੌਧਰੀ ਸਾਹਿਬ ਨੇ ਕਿ ਬਸ ਹੁਣ ਸੈੱਟ ਹੈ ਕੰਮ, ਉਦੋਂ ਫਿਰ ਹਜ਼ਰਤ ਇਜ਼ਰਾਈਲ ਆ ਜਾਂਦੇ ਨੇ ਮਰਤਲ ਮੌਤ, ਚਲੀਏ ਬਈ। ਉਹ ਜਿਹੜੇ ਦੇਖਦਾ ਅਤੇ ਰੰਗ ਦੌੜ ਜਾਂਦਾ ਅਤੇ ਕਹਿੰਦਾ ਕਿ ਮੈਂ ਕੋਈ ਬੱਚਿਆਂ ਨਾਲ ਨਾ ਗੱਲ, ਉਹਨਾਂ ਕਹਿੰਦਾ ਬੱਚਿਆਂ ਨਾਲ ਇਹ ਪੈਰ ਜਿੱਥੇ ਰੱਖੇ ਹੁਣ ਪੁੱਟ ਨਹੀਂ ਸਕਦਾ ਤੂੰ, ਇਹਦਾ ਪੈਂਡਾ ਪੂਰਾ ਹੋ ਗਿਆ। ਫਿਰ ਵਿਚਾਰਾ ਸੋਚਦਾ ਕਿ ਮੈਂ ਸਾਰਾ ਕੁਛ ਉੱਧਰ ਹੀ ਲੱਗਾ ਰਿਹਾ, ਇੱਧਰ ਤਵੱਜੋ ਨਹੀਂ ਦੇ ਸਕਿਆ। ਅੱਲਾ ਫਰਮਾਉਂਦਾ ਬੰਦੇ ਨਾ ਤਾਂ ਤੈਨੂੰ ਪੈਦਾ ਹੀ ਆਪਣੇ ਵਾਸਤੇ ਕੀਤਾ, ਮੇਰੇ ਲਈ ਕੀ ਕੀਤਾ ਜੀ? ਹੈਂ, ਉੱਥੇ ਵੀ ਦੱਸਿਆ ਮੈਂ ਕੋਠੀ ਬਣਾਈ ਹੈ ਬੜੀ ਖੂਬਸੂਰਤ, 4 ਮੰਜ਼ਿਲਾਂ ਬਣਾ ਲਈ ਹੈ, ਕਿ ਮੈਂ ਫੈਕਟਰੀਆਂ ਲਾ ਲਈਆਂ ਨੇ, ਮੈਂ ਮੁਰੱਬੇ ਬਣਾ ਲਏ ਨੇ। ਹਾਂਜੀ, ਅੱਲਾ ਪਤਾ ਕਿਹੋ ਜਿਹਾ ਪਿਆਰ ਕਰਦਾ। ਹਜ਼ਰਤ ਮਾਈ ਰਾਬਿਆ ਬਸਰੀ ਕੁਰਾਨ ਪੜ੍ਹਦੀਆਂ ਪਈਆਂ ਸਨ ਅਤੇ ਜੰਨਤ ਦੀ ਆਇਤ ਆਈ ਅਤੇ ਆਪਦੇ ਦਿਲ 'ਚ ਖਿਆਲ ਆਇਆ ਕਿ ਜੰਨਤ ਸਾਨੂੰ ਹੀ ਅੱਲਾ ਦੇਵੇਗਾ। ਝਿੜਕੀ ਆ ਗਈ, ਫਰਮਾਇਆ ਕਿ ਰਾਬਿਆ ਸਾਡੇ ਨਾਲ ਵੀ ਮੁਹੱਬਤ ਰੱਖਣੀ ਹੈ ਅਤੇ ਜੰਨਤ ਦਾ ਵੀ ਖਿਆਲ, ਝਾਤੀਆਂ ਪਾਈ ਜਾਂਦੇ ਪਈਆਂ, ਇੱਕ ਪਾਸੇ ਰਹਿ ਜਾਂ ਜੰਨਤ ਵੱਲ ਰਹਿ ਜਾਂ ਮੇਰੇ ਵੱਲ ਰਹਿ। ਇਹਦਾ ਮਤਲਬ ਹੈ ਜਿਹੜੇ ਸਵਾਲਹੀਨ ਨੇ ਨਾ ਉਹ ਜੰਨਤ 'ਚ ਜਾ ਕੇ ਵੀ ਕਹਿਣਗੇ ਯਾਰਾ ਰੱਬ ਫਰਮਾਏਗਾ ਖੁਸ਼ ਹੋ ਰਾਜ਼ੀ ਹੋ, ਉਹ ਕਹਿਣਗੇ ਯਾਰਾ ਅਸੀਂ ਕੋਈ ਖੁਸ਼ ਨਹੀਂ, ਉਹ ਜੰਨਤ ਦੇ ਵਿੱਚ ਨਹੀਂ ਯਾਰਾ, ਇਹ ਜੰਨਤ ਸਾਨੂੰ ਪਹਿਲਾਂ ਤੋਂ ਵਾਪਸ ਸਿਰਫ ਦੀਦਾਰ ਚਾਹੀਦਾ ਤੇਰਾ। ਫਿਕਰ ਪਿਆ ਦੁਨੀਆਂ ਦਾ, ਫਿਕਰ ਪਿਆ ਸਾਡਾ ਖਿਆਲ ਹੀ ਕੋਈ ਨਹੀਂ। ਸੋ ਇਹ ਕਿਹੜਾ ਅੱਲਾ ਨੇ ਫਰਮਾਇਆ, ਲਿਹਾਜ਼ਾ ਇਹ ਜਿਹੜੇ ਸਵਾਲਹੀਨ ਨੇ ਇਹ ਬੂਹਾ ਵਿਲਾਇਤ ਦਾ ਖੁਦ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਦੱਸਿਆ ਔਰ ਕੁਰਾਨ ਨੇ ਦੱਸਿਆ। ਇਸ ਅਕੀਦੇ 'ਤੇ ਪੁਖਤਗੀ ਨਾਲ ਰਹਿਣਾ ਚਾਹੀਦਾ। ਬਹੁਤ ਸਾਰੇ ਲੋਕ ਬਹੁਤ ਸਾਰੇ ਅੰਦਾਜ਼ ਨਾਲ ਕੁਰਾਨ ਔਰ ਹਦੀਸ ਸੁਣਾ ਕੇ ਉਹਦਾ ਗਲਤ ਮਫਹੂਮ ਦੱਸ ਕੇ, ਕੁਰਾਨ 'ਚ ਅੱਲਾਹ ਨੇ ਕੁੱਤੇ ਦੀ ਗੱਲ ਸੁਣਾਤੀ ਹੈ ਕਿ ਕੁੱਤਾ ਜਿਹੜਾ ਨਾ ਮੁਹੱਬਤ ਦੇ ਵਿੱਚ ਬੈਠ ਗਿਆ ਅੱਲਾਹ ਦੇ ਪਿਆਰਿਆਂ ਦੇ ਨਾਲ, ਉਹਨਾਂ ਦੀ ਬਾਹਰ ਬੈਠਾ ਰਿਹਾ। ਔਰ ਹੁਣ ਤੁਸੀਂ ਦੇਖੋ ਕਿ ਕੁੱਤੇ ਨੂੰ ਕਿਤਨਾ ਬੜਾ ਮੁਕਾਮ ਮਿਲ ਗਿਆ ਹੈ ਸੰਗਤ ਦੇ ਨਾਲ, ਸੋਹਬਤ ਦੇ ਨਾਲ। ਜੇ ਤੁਹਾਨੂੰ ਮਿਸਾਲ ਮਿਸਾਲ ਸ਼ਾਇਦ ਇੰਝ ਸਮਝ ਆ ਜਾਵੇ, ਇਹ ਇਲਾਕਾ ਨਾ ਜਿਹੜਾ ਦਿਆਲ ਦੇ ਥੋਪਰ ਜਾਂਦੇ ਨੇ ਨਾ, ਇਹ ਲੋਕ ਦੁੱਧ ਵੇਚਦੇ ਸਨ, ਦੁੱਧ ਲਿਆਉਂਦੇ ਸਨ ਪਲਟੋਈਆਂ ਵਿੱਚ, ਰੇੜਿਆਂ ਉੱਤੇ ਦੁੱਧ ਲਿਆ, ਅਤੇ ਜਿਸ ਦੇ ਨਿਆਲ ਦੇ ਥੋਪਰ ਦੀ ਨਹਿਰ ਆਉਣੀ ਨਾ, ਉਹ ਨਹਿਰ ਦੇ ਉਹ ਬਲਟੋਈਆਂ ਲਾਹ ਲੈਣੀਆਂ ਪਿੱਤਲ ਵਾਲੀਆਂ ਅਤੇ ਪਾਣੀ ਵਿੱਚ ਪਾ ਲੈਣਾ ਪੈਣਾ, ਠੀਕ ਹੈ ਨਾ, ਨਹਿਰ ਦਾ ਪਾਣੀ ਪਾਉਣਾ। ਅਤੇ ਦੁੱਧ ਬੜਾ ਬੋਲਿਆ, ਦੁੱਧ ਬੜਾ ਬੋਲਿਆ, ਦੁੱਧ ਅਸਲੀ ਸੀ ਨਾ, ਮੌਲਾ ਦਾ ਸੀ, ਜਿਵੇਂ ਮੌਲਾਨਾ ਸਾਹਿਬ ਬੋਲਦੇ ਸਨ, ਦੁੱਧ ਬੋਲਿਆ ਬੋਲਿਆ ਬੜਾ ਤਰਸਿਆ। ਉਹਨੇ ਕਿਹਾ ਤੂੰ ਕਿੱਥੋਂ ਆ ਗਿਆ ਨਹਿਰ ਦਾ ਪਾਣੀ, ਨਾ ਕੋਈ ਤੇਰਾ ਮੁੱਲ, ਤੇਰਾ ਤਾਂ ਮੁੱਲ ਹੈ। ਅਤੇ ਦੁੱਧ ਨੇ ਆਖਿਆ ਜੀ ਉਹ ਪਾਣੀ ਆਖਣ ਲੱਗਾ ਨਹਿਰ ਦਾ, ਕਹਿਣ ਲੱਗਾ ਜੀ ਮੈਂ ਤਾਂ ਹੁਣ ਤੁਹਾਡੀ ਸੰਗਤ ਵਿੱਚ ਆ ਗਿਆ, ਮੈਂ ਕਿੱਧਰ ਨੂੰ ਜਾਵਾਂ ਜੀ, ਮੈਂ ਤਾਂ ਹੁਣ ਤੁਹਾਡੇ ਵਿੱਚ ਆ ਗਿਆ ਜੀ, ਮੈਂ ਕਿੱਧਰ ਨੂੰ ਜਾਵਾਂ, ਮੈਂ ਤੁਹਾਡੀ ਸੋਭਤ ਵਿੱਚ ਤੁਹਾਡੀ ਸੰਗਤ 'ਚ ਮੈਂ ਕਿੱਥੇ ਜਾਣਾ ਜੀ। ਹੁਣ ਆਖਿਆ ਜੀ ਮੇਰੀ ਸੰਗਤ 'ਚ ਆ ਗਿਆ ਨਾ, ਫਿਰ ਦੁੱਧ ਨਹੀਂ ਬੋਲੇ, ਆਖਣ ਲੱਗੇ ਜਿਹੜਾ ਫਿਰ ਜੇ ਮੇਰੀ ਸੰਗਤ 'ਚ ਆ ਗਿਆ ਨਾ, ਜੇ ਮੇਰੇ ਨਾਲ ਜੁੜ ਗਿਆ ਤਾਂ ਬੁੱਲ ਜਿਹੜਾ ਮੇਰਾ ਉਹ ਹੀ ਫਿਰ ਬੋਲਦੇ ਰਹਿ, ਇਹ ਸੰਗਤ ਅੱਲਾਹ ਤਾਲਾ ਆਪਣੇ ਸਾਲਹੀਨ ਵੀ ਜਿਸ ਤਰ੍ਹਾਂ ਅੱਗੇ ਉਹ ਕੌਮ ਕਹਿ ਰਹੇ ਸੀ, ਗੱਲ ਕਰ ਰਹੇ ਸਨ ਉਲਮਾ ਦੇ ਵਿੱਚ ਸਨ ਕਿ ਸਾਡੇ ਵੀਰ ਜੋ ਕਿ ਕੁਰਾਨ ਦੀ ਤਿਲਾਵਤ ਸੁੱਤਿਆਂ ਦੀ ਤਿਲਾਵਤ 90 ਕੁਰਾਨ ਪਾਕ ਦਾ ਕਿੰਨਾ ਉਹ ਦੱਸਣਾ। ਇਸ ਵਾਸਤੇ ਜਿਹੜੇ ਫਾਲੋਅਰ ਨੇ ਜਿਹੜੇ, ਇਹਨਾਂ ਨੂੰ ਵੀ ਇੱਧਰ ਖਿਆਲ ਕਰਨਾ ਚਾਹੀਦਾ, ਮੁਰੀਦੀ ਨੂੰ ਵੀ ਖਿਆਲ ਕਰਨਾ ਚਾਹੀਦਾ। ਉਸੇ ਪਾਸ ਨੇ ਕਿਹਾ ਮੁਰੀਦ ਕਹਿੰਦੇ ਨੇ ਇਰਾਦਾ ਕਰਨ ਵਾਲੇ ਨੂੰ, ਉਹਦਾ ਇਰਾਦਾ ਕਰਨ ਵਾਲੇ ਨੂੰ, ਉਹਦੀ ਤਰ੍ਹਾਂ ਮਤਲਾਸ਼ੀ ਜਿਹੜਾ ਉਹਨੂੰ ਮੁਰੀਦ ਕਿਹਾ ਗਿਆ, ਅਤੇ ਗੰਨੀਵਾਦੀ ਨਹੀਂ ਹੁੰਦਾ ਜਿਹੜਾ ਉਹਦੀ ਤਲਾਸ਼ ਵਿੱਚ ਰਹਿਣਾ। ਅੱਲਾਹ ਤਾਲਾ ਇਹ ਸਭ ਦੀ ਹਾਜ਼ਰੀ ਕਿਉਂਕਿ ਮੈਨੂੰ ਇਹਨਾਂ ਨੇ ਬਿਠਾ ਦਿੱਤਾ, ਬਈ ਮੈਨੂੰ ਮਸਲੇ ਨਹੀਂ ਏਡੇ ਆਉਂਦੇ, ਮੈਂ ਤਾਂ ਸਿਰਫ ਤੱਕਣ ਦੁਕਾਨ ਵਾਲਾ ਹਿਸਾਬ ਹੁੰਦਾ, ਬਾਕੀ ਮੈਨੂੰ ਨਹੀਂ ਮਸਲੇ ਆਉਂਦੇ, ਬਸ ਇੰਨਾ ਹੀ ਹੈ ਸਬਕ ਕਿ ਹੱਥ ਕਾਰ ਵੱਲ ਅਤੇ ਦਿਲ ਯਾਰ ਵੱਲ। ਕਿ ਆਪਣਾ ਤੁਸੀਂ ਹਾਂਜੀ
ਕਾਜ਼ੀ ਸਾਹਿਬ ਬੜਾ ਉਹ ਸ਼ੇਰ ਇਹਨਾਂ ਨੂੰ ਹੈ, ਉਹ ਸ਼ੇਰ ਵਾਕਈ ਉਹ ਗੱਲ 'ਤੇ ਵਕਾਇਤ ਨੇ ਨਾ, ਹਕੀਕਤ ਨਾਲ ਗੱਲ ਰੱਖਣ ਨਾਲ।